ਉਦੋਂ ਦਾ ਸ਼ੈਤਾਨ ਵੀ ਉਮਰ ਕੋਲੋਂ ਡਰਦਾ ਹੈ, ਅੱਜ ਦਾ ਸ਼ੈਤਾਨ ਵੀ ਉਮਰ ਕੋਲੋਂ ਡਰਦਾ ਹੈ, ਉਦੋਂ ਦਾ ਸ਼ੈਤਾਨ ਵੀ ਉਮਰ ਦਾ ਖੌਫ ਖਾਂਦਾ ਹੈ, ਅੱਜ ਦਾ ਸ਼ੈਤਾਨ ਵੀ ਉਮਰ ਦੇ ਨਾਂ ਦੇ ਕੋਲੋਂ ਵੀ ਡਰਦਾ ਹੈ, ਉਦੋਂ ਦਾ ਸ਼ੈਤਾਨ ਉਮਰ ਦੇ ਵਜੂਦ ਕੋਲੋਂ ਡਰਦਾ ਹੈ, ਅਤੇ ਅੱਜ ਦਾ ਸ਼ੈਤਾਨ ਉਮਰ ਦੇ ਜ਼ਿਕਰ ਕੋਲੋਂ ਡਰੀ ਜਾਂਦਾ ਹੈ, ਉਦੋਂ ਦਾ ਸ਼ੈਤਾਨ ਉਮਰ ਦੇ ਵਜੂਦ ਅਤੇ ਇਮਾਨ ਕੋਲੋਂ ਡਰਦਾ ਹੈ, ਅਤੇ ਅੱਜ ਦਾ ਸ਼ੈਤਾਨ ਉਮਰ ਦੇ ਜ਼ਿਕਰ ਅਤੇ ਉਮਰ ਦੇ ਨਾਂ ਕੋਲੋਂ ਡਰੀ ਜਾਂਦਾ ਹੈ। ਅੱਲਾਹ ਅਕਬਰ, ਸ਼ੈਤਾਨ ਉੱਤੇ ਮੇਰੇ ਉਮਰ ਦਾ ਨਾਂ ਹਾਵੀ ਹੋਏਗਾ, ਉਹ ਹੀ ਬੰਦਾ ਮੁਸਲਮਾਨ ਹੈ, ਉਹ ਹੀ ਬੰਦਾ ਇਨਸਾਨ ਹੈ, ਉਹ ਹੀ ਬੰਦਾ ਈਮਾਨ ਵਾਲਾ ਹੈ। ਉਮਰ ਦੇ ਨਾਮ ਤੋਂ ਡਰਨ ਕੁਫਰ ਦੀਆਂ ਕੁੱਲ ਦਾਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ। ਅੰਮਾ ਬਾਦੁ ਫਾਇਨਾ ਖੈਰ ਅਲ ਹਦੀਸ ਕਿਤਾਬੁੱਲਾ وخير الهدي هدي محمد صلى الله عليه وسلم وشر الأمور محدثاتها وكل محدثة بدعة وكل بدعة ضلالة وكل ضلالة في النار। أعوذ بالله من الشيطان الرجيم بسم الله الرحمن الرحيم محمد رسول الله والذين معه أشداء على الكفار رُحَمَاءُ بَيْنَهُمْ تَرَاهُمْ رُكَّعًا سُجَّدًا يَبْتَغُونَ فَضْلًا مِنَ اللَّهِ وَرِضْوَانًا دَادْ عُمَر دِي جُرَّت نُو ਜਿਸ ਆ ਕੇ ਦੀਨ ਅਟੈਂਡ ਕੀਤਾ, ਦੇ ਦਾਦ ਉਮਰ ਦੀ ਜੁਰਤ ਨੂੰ ਜਿਸ ਆ ਕੇ ਦੀਨ ਅਟੈਂਡ ਕੀਤਾ, ਬੂਝਲੀ ਸਭ ਮਨਸੂਬਿਆਂ ਨੂੰ ਇੱਕ ਲਹਜ਼ੇ ਵਿੱਚ ਸਸਪੈਂਡ ਕੀਤਾ। ਅਜ਼ਾਨ ਦਵਾਈ ਜਿਸ ਕਾਬੇ ਵਿੱਚ, ਇੰਜ ਕੁਫਰ ਦੇ ਵਿਊਜ਼ ਦਾ ਐਂਡ ਕੀਤਾ, ਸੁੱਤਾ ਅੱਜ ਵੀ ਹਜ਼ੂਰ ਦੇ ਨਾਲ ਸਫਦਰ, ਕਿੱਡਾ ਆਕਾ ਨਾਲ ਫਰੈਂਡ ਕੀਤਾ। ਮੁਖਤਸਰ ਹਮਦ ਸਨਾ ਔਰ ਦਰੂਦ ਸਲਾਮ ਦੇ ਬਾਅਦ, ਹਜ਼ਰਾਤ ਮੁਹਤਰਮ, ਨਬੀ ਰਹਿਮਤ ਅਲੈਹਿਸ ਸਲਾਤੁ ਵਸਲਾਮ ਦੇ ਸਾਰੇ ਸਹਾਬਾ ਅਜ਼ਮਤ ਵਾਲੇ ਔਰ ਸ਼ਾਨ ਵਾਲੇ ਨੇ ਅਵਲ ਤੋਂ ਲੈ ਕੇ ਆਖਿਰ ਤੱਕ ਹਰ ਸਹਾਬੀ ਮੇਰੇ ਪੈਗੰਬਰ ਦਾ ਪੱਕਾ ਪੱਕਾ ਅੱਲਾਹ ਪਾਕ ਨੇ ਜੰਨਤੀ ਬਣਾਇਆ। ਔਰ ਜਿਸ ਤਰ੍ਹਾਂ ਇੱਕ ਮਿਸਾਲ ਹੈ ਨਾ ਕਿ ਹਰ ਫੁੱਲ ਦੀ ਖੁਸ਼ਬੂ ਵੱਖਰੀ ਹੁੰਦੀ ਹੈ, ਜਿਹਨੂੰ ਵੇਖ ਲਵੋ ਉਹ ਆਪਣੀ ਅਜ਼ਮਤ ਔਰ ਮੁਕਾਮ ਔਰ ਸ਼ਾਨ ਦੇ ਹਵਾਲੇ ਦੇ ਅੰਦਰ ਮੁਨਫਰਿਦ ਨਜ਼ਰ ਆਉਂਦਾ। ਇਸੇ ਤਰ੍ਹਾਂ ਜਿਸ ਫੁੱਲ ਦਾ ਮੈਂ ਤਜ਼ਕਰਾ ਕਰਨਾ ਚਾਹਨਾ, ਉਹ ਮੇਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਦੇ ਸੁਸਰ ਵੀ ਨੇ, ਸੈਯਦੁਨਾ ਮੌਲਾ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਦਮਾਦ ਵੀ ਨੇ, ਔਰ ਮੇਰੇ ਪੈਗੰਬਰ ਦੀ ਮੁਰਾਦ, ਮੇਰੀ ਮੁਰਾਦ ਸੈਯਦੁਨਾ ਉਮਰ ਬਿਨ ਖਤਾਬ ਰਜ਼ੀ ਅੱਲਾਹੁ ਤਾਲਾ ਅਨਹੁ। ਇਹਨਾਂ ਦੀ ਚੰਦ ਐਸੇ ਫਜ਼ਾਇਲ ਔਰ ਚੰਦ ਐਸੀਆਂ ਅਜ਼ਮਤਾਂ, ਚੰਦ ਐਸੀਆਂ ਖਸੂਸੀਆਤ ਜਿਹੜੀਆਂ ਅੱਲਾਹ ਪਾਕ ਨੇ ਕਿਸੇ ਵੀ ਸਿਹਾਬੀ ਨੂੰ ਅਤਾ ਨਹੀਂ ਕੀਤੀਆਂ, ਜਿਹੜੀਆਂ ਸੈਯਦੁਨਾ ਉਮਰ ਦੇ ਹਿੱਸੇ ਅੰਦਰ ਆਈਆਂ ਨੇ, ਯਾਨੀ ਅੱਜ ਮੈਂ ਤੁਹਾਡੇ ਸਾਹਮਣੇ ਖਸੂਸੀਆਤ ਉਮਰ ਜ਼ਿਕਰ ਕਰਾਂਗਾ।
ਦੁਆ ਕਰੋ ਅੱਲਾਹ ਪਾਕ ਮੈਨੂੰ ਹੱਕ ਔਰ ਸੱਚ ਬਿਆਨ ਕਰਨ ਦੀ ਤੌਫੀਕ ਅਤਾ ਫਰਮਾਏ। ਨਾਮ ਇਹਨਾਂ ਦਾ ਉਮਰ ਹੈ, ਬਾਪ ਦਾ ਨਾਮ ਖਤਾਬ ਹੈ ਔਰ ਮਾਂ ਦਾ ਨਾਮ ਹੰਤਮਾ ਹੈ। ਇਹਨਾਂ ਦਾ ਤਾਲੁਕ ਵੀ ਕੁਰੈਸ਼ ਕਬੀਲੇ ਦੇ ਨਾਲ ਹੈ। ਅੱਠਵੀਂ ਪੁਸ਼ਤ ਦੇ ਅੰਦਰ ਜਾ ਕੇ ਇਹਨਾਂ ਦਾ ਨਸਬਨਾਮਾ ਨਬੀ ਮੁਹਤਰਮ ਅਲੈਹਿਸ ਸਲਾਤੁ ਵਸਲਾਮ ਦੀ ਲੜੀ ਦੇ ਨਾਲ ਮਿਲਦਾ ਹੈ। ਔਰ ਹਜ਼ਰਤ ਉਮਰ ਦਾ ਲਕਬ ਫਾਰੂਕ ਹੈ, ਜੋ ਕਿ ਨਬੀ ਅਲੈਹਿਸ ਸਲਾਤੁ ਵਸਲਾਮ ਨੇ ਖੁਦ ਅਤਾ ਕੀਤਾ। ਫਾਰੂਕ ਦਾ ਮਤਲਬ ਹੈ ਫਰਕ ਕਰਨ ਵਾਲਾ, ਕੁਫਰ ਔਰ ਇਸਲਾਮ ਦੇ ਦਰਮਿਆਨ। ਸਹਾਬਾ ਕਿਰਾਮ ਫਰਮਾਉਂਦੇ ਨੇ ਜਿਸ ਦਿਨ ਸੈਯਦਨਾ ਉਮਰ ਨੇ ਕਲਮਾ ਪੜ੍ਹਿਆ ਔਰ ਅੱਲਾਹ ਨੇ ਇਸਲਾਮ ਨੂੰ ਇੱਜ਼ਤ ਦੇਣਾ ਸ਼ੁਰੂ ਕਰ ਦਿੱਤੀ, ਸਾਨੂੰ ਉਦਨ ਪਤਾ ਚੱਲਿਆ ਕਿ ਅੱਲਾਹ ਪਾਕ ਨੇ ਕੁਫਰ ਔਰ ਇਸਲਾਮ ਦੇ ਦਰਮਿਆਨ ਉਮਰ ਦੀ ਵਜ੍ਹਾ ਤੋਂ ਕਿਤਨਾ ਜ਼ਿਆਦਾ ਫਰਕ ਪੈਦਾ ਕੀਤਾ। ਔਰ ਇਹਨਾਂ ਦੀ ਕੁਨੀਅਤ ਅਬੂ ਹਫਸ ਹੈ। 27 ਸਾਲ ਦੀ ਉਮਰ ਦੇ ਅੰਦਰ ਨਬੂਵਤ ਦੇ 6 ਸਾਲ ਇਹਨਾਂ ਨੇ ਨਬੀ ਪਾਕ ਅਲੈਹਿਸ ਸਲਾਤੁ ਵਸਲਾਮ ਦਾ ਕਲਮਾ ਪੜ੍ਹਿਆ। ਟੋਟਲ ਉਮਰ ਇਹਨਾਂ ਦੀ 63 ਸਾਲ ਹੈ ਔਰ 63 ਸਾਲ ਨਬੀ ਅਲੈਹਿਸ ਸਲਾਤੁ ਵਸਲਾਮ ਦੀ ਤਾਬਿਆਦਾਰੀ ਦੇ ਅੰਦਰ ਔਰ ਦੀਨ ਇਸਲਾਮ ਦੀ ਆਬਿਆਰੀ ਦੇ ਅੰਦਰ ਇਹਨਾਂ ਨੇ ਵਕਫ ਕਰ ਦਿੱਤੇ। ਨਬੀ ਮੁਹਤਰਮ ਅਲੈਹਿਸ ਸਲਾਤੁ ਵਸਲਾਮ ਦੇ ਜਾਮਨ ਤੋਂ ਬਾਅਦ ਸੈਯਦਨਾ ਅਬੂ ਬਕਰ ਖਲੀਫਾ ਬਣੇ ਔਰ ਹਜ਼ਰਤ ਅਬੂ ਬਕਰ ਤੋਂ ਬਾਅਦ ਸਨ 13 ਹਿਜਰੀ ਦੇ ਅੰਦਰ ਸੈਯਦਨਾ ਉਮਰ ਨੇ ਖਿਲਾਫਤ ਦੇ ਮਨਸਬ ਨੂੰ ਸੰਭਾਲਿਆ ਔਰ 10 ਸਾਲ ਅਤੇ ਕੁਛ ਮਹੀਨੇ ਸੈਯਦਨਾ ਉਮਰ ਦੀ ਖਿਲਾਫਤ ਰਹੀ ਹੈ। ਸਨ 24 ਹਿਜਰੀ ਦੇ ਅੰਦਰ ਹਜ਼ਰਤ ਉਮਰ ਦੀ ਸ਼ਹਾਦਤ ਹੋਈ। ਇਹ ਸਾਰਾ ਕੁਛ ਤਾਰਫ ਸੈਯਦਨਾ ਉਮਰ ਦਾ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ, ਜੋ ਕਿ ਸਾਨੂੰ ਪਤਾ ਹੋਣਾ ਚਾਹੀਦਾ। ਸਾਨੂੰ ਜੀ ਕੋਈ ਪੁੱਛ ਲਵੇ ਕਿ ਦੱਸੋ ਜੀ ਸੈਯਦਨਾ ਉਮਰ ਦਾ ਨਸਬਨਾਮਾ ਕੀ, ਉਹਨਾਂ ਦੇ ਬਾਪ ਦਾ ਨਾਮ ਕੀ ਹੈ, ਮਾਂ ਦਾ ਨਾਮ ਕੀ ਹੈ, ਕਮ ਅਜ਼ ਕਮ ਇਹ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਮੈਂ ਤੁਹਾਡੇ ਸਾਹਮਣੇ ਉਹਨਾਂ ਦੀ ਖਸੂਸੀਅਤ ਵੀ ਜ਼ਿਕਰ ਕਰਾਂਗਾ। ਨਬੀ ਅਲੈਹਿਸ ਸਲਾਤੁ ਵਸਲਾਮ ਦੇ ਐਸੇ ਪਰਵਾਨੇ ਨੇ ਕਿ ਜਦੋਂ ਵੀ ਨਬੀ ਪਾਕ ਕੋ ਗੱਲ ਕਰਦੇ ਸਨ ਨਾ ਤੇ ਫਰਮਾਇਆ ਕਰਦੇ ਸਨ ਫਲਾਂ ਜਗ੍ਹਾ ਤੇ ਮੈਂ ਗਿਆ, ਮੇਰੇ ਨਾਲ ਅਬੂ ਬਕਰ ਸੀ ਤੇ ਨਾਲ ਮੇਰੇ ਉਮਰ ਸੀ। ਯਾਨੀ ਜਦੋਂ ਵੀ ਨਬੀ ਪਾਕ ਨੇ ਜ਼ਿਕਰ ਕਰਨਾ ਤੇ ਨਬੀ ਪਾਕ ਨੇ ਫਰਮਾਉਣਾ ਮੈਂ ਗਿਆ, ਅਬੂ ਬਕਰ ਗਿਆ, ਨਾਲ ਮੇਰੇ ਉਮਰ ਗਿਆ। ਆਵਾਜ਼ ਥੋੜੀ ਜਿਹੀ ਤੇਜ਼ ਕਰਾਇਆ। ਨਬੀ ਅਲੈਹਿਸ ਸਲਾਤੁ ਵਸਲਾਮ ਅਕਸਰ ਜ਼ਿਕਰ ਕਰਿਆ ਕਰਦੇ ਔਰ ਬਾਰ ਬਾਰ ਸੈਯਦਨਾ ਉਮਰ ਦਾ ਨਾਂ ਲਿਆ ਕਰਦੇ। ਹੱਤਾ ਕਿ ਨਬੀ ਪਾਕ ਇੱਕ ਦਿਨ ਨਾ ਬਾਜ਼ਾਰ ਅੰਦਰ ਟੁਰਦੇ ਪਏ ਨੇ, ਇੱਕ ਹੱਥ ਨਬੀ ਅਲੈਹਿਸ ਸਲਾਤੁ ਵਸਲਾਮ ਨੇ ਅਬੂ ਬਕਰ ਸਦੀਕ ਦਾ ਫੜਿਆ, ਦੂਜੀ ਸਾਈਡ ਤੇ ਨਬੀ ਪਾਕ ਨੇ ਸੈਯਦਨਾ ਉਮਰ ਦਾ ਹੱਥ ਫੜਿਆ ਤੇ ਨਬੀ ਪਾਕ ਅਲੈਹਿਸ ਸਲਾਤੁ ਵਸਲਾਮ ਨੇ ਪਤਾ ਕੀ ਫਰਮਾਇਆ? ਫਰਮਾਇਆ ਜਿੰਜ ਅਸੀਂ ਇਹ 3 ਜਾਣੇ ਟੁਰਨੇ ਆ ਪਏ ਨਾ, ਕੱਲ ਕਬਰ ਦੇ ਅੰਦਰ ਜਦੋਂ ਕਿਆਮਤ ਨੂੰ ਉਠਾਏ ਜਾਵਾਂਗੇ ਅਸੀਂ ਤਿੰਨੋਂ ਇਸੇ ਤਰ੍ਹਾਂ ਉਠਾਏ ਜਾਵਾਂਗੇ। ਯਾਨੀ ਦੁਨੀਆਂ ਦੇ ਅੰਦਰ ਵੀ ਪਿਆਰ ਹੈ ਤੇ ਆਖਰਤ ਦੇ ਅੰਦਰ ਵੀ ਇਸੇ ਤਰ੍ਹਾਂ ਹੀ ਮੁਹੱਬਤ ਹੋਏਗੀ। ਦੁਨੀਆਂ ਦੇ ਅੰਦਰ ਵੀ ਤਾਲੁਕ ਹੈ, ਆਖਰਤ ਦੇ ਅੰਦਰ ਵੀ ਇਹ ਤਾਲੁਕ ਕਾਇਮ ਦਾਇਮ ਰਹੇਗਾ। ਨਬੀ ਰਹਿਮਤ ਅਲੈਹਿਸ ਸਲਾਤੁ ਵਸਲਾਮ ਦੇ ਸਹਾਬੀ ਨੇ 39 ਲੋਕ ਇਹਨਾਂ ਤੋਂ ਪਹਿਲੇ ਕਲਮਾ ਪੜ੍ਹ ਚੁੱਕੇ ਸਨ, 40 ਦੀ ਗਿਣਤੀ ਸੈਯਦਨਾ ਉਮਰ ਨੇ ਇਸਲਾਮ ਕਬੂਲ ਕਰਕੇ ਕੀਤੀ। ਇਹਨਾਂ ਤੋਂ ਪਹਿਲੇ 3 ਦਿਨ ਸੈਯਦਨਾ ਅਮੀਰੇ ਹਮਜ਼ਾ ਵੀ ਕਲਮਾ ਪੜ੍ਹ ਕੇ ਮੁਸਲਮਾਨ ਹੋ ਚੁੱਕੇ ਸਨ। ਔਰ ਨਬੀ ਅਲੈਹਿਸ ਸਲਾਤੁ ਵਸਲਾਮ ਦੇ ਇਹ ਵੀ ਸਹਾਬੀ ਜਦੋਂ ਕਲਮਾ ਪੜ੍ਹਦੇ ਆਏ 40ਵੇਂ ਨੰਬਰ 'ਤੇ ਨੇ, ਲੇਕਿਨ ਸ਼ਾਨ ਔਰ ਮੁਕਾਮ ਅੱਲਾਹ ਪਾਕ ਨੇ ਕਿਤਨਾ ਅਤਾ ਫਰਮਾਇਆ ਕਿ ਖੁਲਾਫਾਏ ਅਰਬਾ ਦੇ ਅੰਦਰ ਦੂਸਰਾ ਨੰਬਰ ਸੈਯਦਨਾ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁਦ ਹੈ। ਪਹਿਲੀ ਖਿਲਾਫਤ ਸੈਯਦਨਾ ਅਬੂ ਬਕਰ ਨੂੰ ਮਿਲੀ, ਦੂਸਰੀ ਖਿਲਾਫਤ ਨਬੀ ਰਹਿਮਤ ਅਲੈਹਿ ਸਲਾਤੁ ਵਸਲਾਮ ਦੇ ਫਰਾਮੀਨ ਔਰ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੀ ਮੁਹੱਬਤ ਔਰ ਪਿਆਰ ਦੇ ਮੁਤਾਬਿਕ ਔਰ ਸਹਾਬਾ ਕਿਰਾਮ ਦੇ ਫੈਸਲੇ ਦੇ ਮੁਤਾਬਿਕ ਸੈਯਦਨਾ ਉਮਰ ਨੂੰ ਮਿਲੀ। ਹੁਣ ਜ਼ਰਾ ਤਵਜੋ ਕਰੀਏ, ਅੱਲਾਹ ਪਾਕ ਦਾ ਕੁਰਾਨ ਵੀ ਸੁਣੀਏ
نبی رحمت علیہ السلام دے فرامین بھی سنیے، اللہ پاک سانو سارے نو سن سنا کے اے دے اندروں اپنے واسطے اسباق حاصل کرن دی توفیق عطا فرمائے۔ میرے اور تہاڈے پیر و مرشد جناب محمد صلی اللہ علیہ وسلم دے قلب اطہرت اللہ نے قرآن نازل فرمایا، فرمایا رضی اللہ عنہم ورضوا عن اولئک حزب اللہ الا ان حزب اللہ هم المفلحون۔ میرے پیغمبر علیہ الصلوۃ والسلام تے اللہ نے قرآن نازل فرمایا، فرمایا میرے پیغمبر سونے جڑے تیرے یار نے اللہ پاک نہ تیرے سارے یاراں دے اُتے راضی ہو گیا، اللہ تیرے سارے صحابہ کرام دے اوپر رضامندی دا اعلان کر دے پینے، صحابہ دے اُتے رب راضی اے تے صحابہ میرے رب دے اُتے راضی نے، ہر حالت دے اندر، تنگی دے اندر، آسانی دے اندر، خوشی دے اندر، غمی دے اندر، اللہ پاک دی ذات اُتے راضی رہن والے نے، اللہ پاک دا ہر حالت دے اندر شکریہ ادا کرن والے نے۔ اللہ پاک نے اگے گل بڑی پیاری کیتی ہے، فرمایا اولائک حزب اللہ، فرمایا اللہ انہاں تے کلا راضی کوئی نہیں، بلکہ اللہ کہندے پے نے صحابہ میری جماعت، اللہ کہندے پے نے صحابہ دا گروہ میرا گروہ ہے، صحابہ دا جتھا میرا جتھا ہے، صحابہ دا لشکر میرا لشکر ہے۔ اللہ اکبر، اللہ پاک نے اگے اعلان فرمایا، فرمایا الا ان حزب اللہ هم المفلحون، فرمایا میرا گروہ جڑا کدی بھی ناکام نہیں ہو سکدا، میرے گروہ دے اوپر کدی بھی پریشانی نہیں آ سکدی، اے دنیا تے بھی کامیاب نے تے آخرت اندر بھی کامیاب نے، دنیا دے اوپر بھی جنتی نے، قیامت والے دن بھی جنتی نے۔ اللہ اکبر، میرے پیغمبر علیہ الصلوۃ والسلام دے عام سارے صحابہ کرام دے بارے آیتاں نازل ہویاں نے، اللہ پاک نے اعلان فرمایا رضی اللہ عنہم ورضوا عن ذالک لمن خشی ربا، ایتھے بھی اللہ پاک اپنی رضا دا اعلان کر دے پینے، میں صحابہ تے راضی، صحابہ میرے تے راضی نے۔ اللہ اکبر، لیکن میں جس صحابی دا ذکر کرنا چاہنا وا، اے عام صحابی کوئی نہیں، عام میرے پیغمبر دا مرید کوئی نہیں، عام میرے پیغمبر دا یار کوئی نہیں، بلکہ سیدنا عمر دی عظمت، سیدنا عمر دا مقام تے شان اللہ پاک نے کس قدر بلند بنایا۔ آمنا دے لان علیہ الصلوۃ والسلام نے اعلان نبوت فرمایا، پہلی خصوصیت سیدنا عمر فاروق رضی اللہ تعالی عنہ دی، ابتر میرے نبی نے اعلان نبوت کیتا، مکے والیاں نے میرے پیغمبر دی یاراں دے اوپر ظلم کرنے شروع کر دیتے نے، میرے پیغمبر دی یاراں دے اوپر جبر کرنا شروع کر دیتا، آمنا دے لان دے یاراں نو ستانا شروع کر دیتا ہے، طرح طرح دے ظلم کردے پے نے، طرح طرح دیاں زیادتیاں کرن لگ پے نے، تے میرے پیغمبر دے چند ایک صحابہ کرام نے تے میرے نبی بڑے پریشان ہوئے نے۔ اللہ روز آئے دن میرے نبی دے یاراں نو تکلیفاں دا سامنا کرنا پیندا اے، تے ایک راتی میرے پیغمبر نے ہاتھ چکے اللہ دے سامنے تے اللہ نو بلایا، اللہم اعز الاسلام بأحب هذين الرجلين، اللہ اکبر، میرے پیغمبر نے دعا کیتی ہے، اللہ سونیا اسلام نو عزت عطا کر دے، اللہ اسلام نو وقار عطا کر دے، مقام عطا کر دے، اللہ سونیا دو لوگاں دا نام تیرے سامنے پیش کرن لگا وا،
ਇਹਨਾਂ ਦੇ ਅੰਦਰੋਂ ਜਿਹੜਾ ਤੈਨੂੰ ਚੰਗਾ ਲੱਗਦਾ ਉਹਨੂੰ ਮੇਰਾ ਮੁਰੀਦ ਬਣਾ ਦੇ, ਜਿਹੜਾ ਤੈਨੂੰ ਚੰਗਾ ਲੱਗਦਾ ਉਹਨੂੰ ਮੁਸਲਮਾਨ ਕਰਕੇ ਮੇਰਾ ਉਮਤੀ ਬਣਾ ਦੇ। ਤੇ ਕਿਹੜੇ ਕਿਹੜੇ ਦੋ ਨਾਮ ਮੇਰੇ ਪੈਗੰਬਰ ਨੇ ਪੇਸ਼ ਕੀਤੇ ਨੇ? ਫਰਮਾਇਆ ਬੀ ਅਬੀ ਜਹਲ ਇਬਨ ਹਸ਼ਾਮ ਔਬੀ ਉਮਰ ਇਬਨ ਖਤਾਬ। ਮੇਰੇ ਨਬੀ ਨੇ ਫਰਮਾਇਆ ਅੱਲਾਹ ਦੋ ਨੌਜਵਾਨ ਬੜੇ ਬਹਾਦਰ ਨੇ, ਅੱਲਾਹ ਅਕਬਰ ਬੜੇ ਜੰਗਜੂ ਨੇ, ਇੱਕ ਦਾ ਨਾਮ ਅਬੂ ਜਹਲ ਬਿਨ ਹਸ਼ਾਮ ਏ ਤੇ ਦੂਸਰੇ ਦਾ ਨਾਮ ਉਮਰ ਬਿਨ ਖਤਾਬ ਏ। ਅੱਲਾਹ ਇਹ ਦੋ ਨੌਜਵਾਨ ਬੜੇ ਤਾਕਤਵਰ ਨੇ, ਅਗਰ ਇਹਨਾਂ ਦੇ ਅੰਦਰੋਂ ਜਿਹੜਾ ਤੈਨੂੰ ਪਸੰਦ ਏ ਉਹ ਮੇਰਾ ਮੁਰੀਦ ਬਣਾ ਕੇ ਮੁਸਲਮਾਨ ਕਰ ਦੇ। ਤੇ ਦੂਸਰੀ ਰਿਵਾਇਤ ਦੇ ਅੰਦਰ ਮੇਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਨੇ ਫਿਰ ਹੱਥ ਚੁੱਕੇ ਨੇ ਤੇ ਮੇਰੇ ਨਬੀ ਨੇ ਫਰਮਾਇਆ ਅੱਲਾਹੁਮਾ ਇਜ਼ਲ ਇਸਲਾਮ ਬੀ ਉਮਰ ਇਬਨ ਖਤਾਬ ਖਾਸਾ। ਮੇਰੇ ਨਬੀ ਨੇ ਦੁਆ ਫਰਮਾਈ ਹੈ, ਫਰਮਾਇਆ ਅੱਲਾਹ ਅੱਗੇ ਮੈਂ ਤੇਰੇ ਸਾਹਮਣੇ ਦੁਆ ਕੀਤੀ ਹੈ ਜਿਹੜਾ ਇਹਨਾਂ ਦੋਨਾਂ ਦੇ ਅੰਦਰੋਂ ਚੰਗਾ ਲੱਗਦਾ ਉਹਨੂੰ ਮੇਰਾ ਮੁਰੀਦ ਬਣਾ ਦੇ। ਤੇ ਅੱਲਾਹ ਜੇ ਆਪਣੇ ਨਬੀ ਦੇ ਦਿਲ ਦੀ ਗੱਲ ਪੁੱਛੇ ਤੇ ਮੈਂ ਦੱਸਣਾ ਵਾਂ ਮੈਨੂੰ ਉਮਰ ਚੰਗਾ ਲੱਗਦਾ ਏ, ਅੱਲਾਹ ਅਬੂ ਜਹਲ ਦੇ ਨਾਲੋਂ ਮੈਨੂੰ ਉਮਰ ਬਿਨ ਖਤਾਬ ਚੰਗਾ ਲੱਗਦਾ ਹੈ। ਅੱਲਾਹ ਕਦੀ ਉਮਰ ਮੁਸਲਮਾਨ ਹੋ ਜਾਏ ਨਾ। ਅੱਲਾਹ ਅਕਬਰ, ਮੇਰੇ ਪੈਗੰਬਰ ਸਲਾਤੁ ਸਲਾਮ ਅੱਲਾਹ ਦੇ ਹਜ਼ੂਰ ਦੁਆਵਾਂ ਮੰਗਦੇ ਪਏ ਨੇ, ਕਿਸੇ ਸਹਾਬੀ ਦੇ ਹਿੱਸੇ ਦੇ ਅੰਦਰ ਸ਼ਾਨ ਨਹੀਂ ਆਈ ਏ, ਸਾਰੇ ਸਹਾਬੀ ਆਪ ਆਏ ਨੇ, ਉਮਰ ਆਏ ਨੇ ਮੇਰੇ ਪੈਗੰਬਰ ਦੇ ਕੋਲ ਆਪ ਆਏ ਨੇ, ਅੱਲਾਹ ਅਕਬਰ ਉਸਮਾਨ ਆਏ ਨੇ ਮੇਰੇ ਨਬੀ ਦੇ ਮੁਰੀਦ ਬਣ ਕੇ ਆਏ ਨੇ, ਅਲੀ ਆਏ ਨੇ ਮੇਰੇ ਪੈਗੰਬਰ ਦੇ ਕੋਲ ਖੁਦ ਚੱਲ ਕੇ ਆਏ ਨੇ, ਤਲਹਾ ਤੇ ਜ਼ੁਬੈਰ ਆਏ ਨੇ, ਸਾਫ ਤੇ ਸਾਈਦ ਆਏ ਨੇ ਆਪ ਆਏ ਨੇ, ਤੇ ਮੇਰੇ ਪੈਗੰਬਰ ਦੇ ਬਿਲਾਲ ਆਏ ਨੇ ਆਪ ਆਏ ਨੇ, ਸੁਹੈਬ ਆਏ ਨੇ ਆਪ ਆਏ ਨੇ, ਸਲਮਾਨ ਆਏ ਨੇ ਆਪ ਆਏ ਨੇ, ਔਰ 1.5 ਲੱਖ ਸਹਾਬਾ ਕਿਰਾਮ ਨੇ ਮੇਰੇ ਪੈਗੰਬਰ ਦਾ ਕਲਮਾ ਪੜਿਆ ਏ ਆਪ ਆਏ ਨੇ, ਮੁਰੀਦ ਬਣ ਕੇ ਆਏ ਨੇ। ਤੇ ਮੇਰੇ ਉਮਰ ਦੀ ਅਜ਼ਮਤ ਦੇ ਕਿਆ ਕਹਿਣੇ ਨੇ, ਮੇਰੇ ਨਬੀ ਦੇ ਮੁਰੀਦ ਬਾਦ ਅੰਦਰ ਬਣੇ ਨੇ ਤੇ ਪਹਿਲੇ ਮੇਰੇ ਪੈਗੰਬਰ ਦੀ ਮੁਰਾਦ ਬਣ ਕੇ ਆਏ ਨੇ। ਮੁਰੀਦ ਬਾਦ ਅੰਦਰ ਬਣੇ ਨੇ, ਪਹਿਲੇ ਮੇਰੇ ਪੈਗੰਬਰ ਦੀ ਮੰਗ ਬਣ ਕੇ ਆਏ ਨੇ, ਪਹਿਲੇ ਮੇਰੇ ਪੈਗੰਬਰ ਦੀ ਮੁਰਾਦ ਬਣ ਕੇ ਆਏ ਨੇ। ਮੇਰੇ ਪੈਗੰਬਰ ਲਈ ਸਲਾਤੁ ਸਲਾਮ ਨੇ ਦੁਆਵਾਂ ਕਰ ਕਰ ਕੇ ਯਾਰ ਲੈ ਆਏ, ਮੇਰੇ ਨਬੀ ਨੇ ਦੁਆਵਾਂ ਕਰ ਕਰ ਕੇ ਰੱਬ ਦੇ ਕੋਲੋਂ ਉਮਰ ਮੰਗਿਆ ਏ। ਅੱਲਾਹ ਅਕਬਰ, ਮੈਂ ਤੇ ਮੁਹੱਬਤ ਦੇ ਨਾਲ ਇੰਜਾ ਖਾਂ, ਯਾਰ ਨੇ ਕਹੀ ਯਾਰ ਤੋਂ ਇੱਕ ਯਾਰ ਮੰਗਿਆ, ਸ਼ਾਨਾ ਵਾਲਾ ਉਮਰ ਜਰਾਰ ਮੰਗਿਆ, ਯਾਰ ਨੇ ਕਹੀ ਯਾਰ ਤੋਂ ਇੱਕ ਯਾਰ ਮੰਗਿਆ, ਸ਼ਾਨਾ ਵਾਲਾ ਉਮਰ ਜਰਾਰ ਮੰਗਿਆ। ਉਮਰ ਆਇਆ ਉਮਰ ਨੂੰ ਜਾਣ ਦੀ ਖੁਦਾਈ ਏ, ਉਮਰ ਆਇਆ ਉਮਰ ਨੂੰ ਜਾਣ ਦੀ ਖੁਦਾਈ ਏ, ਉਮਰ ਨੇ ਕੁਫਰ ਦੀ ਕੀਤੀ ਜਾਂ ਸਫਾਈ ਏ, ਉਮਰ ਨੇ ਕੁਫਰ ਦੀ ਕੀਤੀ ਜਾਂ ਸਫਾਈ ਏ, ਕੁਫਰ ਲਈ ਨੰਗੀ ਤਲਵਾਰ ਮੰਗਿਆ, ਸ਼ਾਨਾ ਵਾਲਾ ਉਮਰ ਜਰਾਰ ਮੰਗਿਆ, ਯਾਰ ਨੇ ਗਈ ਯਾਰ ਤੋਂ ਇੱਕ ਯਾਰ ਮੰਗਿਆ, ਸ਼ਾਨਾ ਵਾਲਾ ਉਮਰ ਜਰਾਰ ਮੰਗਿਆ। ਕਿੱਡਾ ਪਿਆਰਾ ਉਮਰ ਏ, ਕਿਹੜਾ ਉਮਰ ਏ! ਅੱਲਾਹ ਅਕਬਰ, ਉਮਰ ਦੀ ਦੱਸਾਂ ਮੈਂ ਕਿੱਡੀ ਉੱਚੀ ਸ਼ਾਨ ਏ, ਉਮਰ ਦੀ ਦੱਸਾਂ ਮੈਂ ਕਿੱਡੀ ਉੱਚੀ ਸ਼ਾਨ ਏ, ਉਮਰ ਜਾ ਬੋਲਦਾ ਤੇ ਬਣਦਾ ਕੁਰਾਨ ਏ, ਉਮਰ ਜਾ ਬੋਲਦਾ ਤੇ ਬਣਦਾ ਕੁਰਾਨ ਏ, ਰੱਬ ਕੋਲੋਂ ਕੈਸਾ ਕਿਰਦਾਰ ਮੰਗਿਆ, ਸ਼ਾਨਾ ਵਾਲਾ ਉਮਰ ਜਰਾਰ ਮੰਗਿਆ। ਅੱਲਾਹੁ ਅਕਬਰ, ਸੈਯਦਨਾ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੋ ਦੀ ਪਹਿਲੀ ਖਸੂਸੀਅਤ, ਮੇਰੇ ਪੈਗੰਬਰ ਸਲਾਤੁ ਸਲਾਮ ਨੇ ਅੱਲਾਹ ਪਾਕ ਦੇ ਅੱਗੇ ਦੁਆਵਾਂ ਕਰ ਕਰਕੇ ਉਮਰ ਬਿਨ ਖਤਾਬ ਮੰਗ ਲਿਆ ਏ, ਤੇ ਜਦੋਂ ਜਨਾਬ
ਸਹਾਬੀ ਉਮਰ ਨੇ ਮੇਰੇ ਪੈਗੰਬਰ ਦਾ ਕਲਮਾ ਪੜ੍ਹ ਲਿਆ ਏ ਤਾਂ ਜਦੋਂ ਮੇਰੇ ਪੈਗੰਬਰ ਦੀ ਸਲਾਤੋਂ ਸਲਾਮ ਤੇ ਮੁਰੀਦ ਬਣ ਗਏ ਨੇ ਸੈਯਦਨਾ ਅਬਦੁੱਲਾ ਬਿਨ ਮਸਊਦ ਰਜ਼ੀ ਅੱਲਾਹੁ ਤਾਲਾ ਕੋ ਫਰਮਾਉਂਦੇ ਨੇ ਫਰਮਾਉਂਦੇ ਨੇ ਦੁਨੀਆ ਦੇ ਲੋਕੋ ਜਿਸ ਦਿਨ ਉਮਰ ਨੇ ਕਲਮਾ ਪੜਿਆ ਅੱਲਾਹ ਪਾਕ ਨੇ ਸੱਚੀ ਮੁੱਚੀ ਉਸ ਦਿਨ ਇਸਲਾਮ ਨੂੰ ਇੱਜ਼ਤ ਅਤਾ ਕਰਨੀ ਸ਼ੁਰੂ ਕਰ ਦਿੱਤੀ ਏ ਉਸ ਦਿਨ ਅਸੀਂ ਨਿਕਲੇ ਹਾਂ ਲੋਕਾਂ ਦੇ ਸਾਹਮਣੇ ਉਸ ਦਿਨ ਅਸੀਂ ਲੋਕਾਂ ਦੇ ਸਾਹਮਣੇ ਮੱਤੇ ਮੁਕਾਬਲ ਆਏ ਹਾਂ ਅਤੇ ਉਸੇ ਦਿਨ ਜਾ ਕੇ ਅਸੀਂ ਸਰੇ ਆਮ ਬੈਤੁੱਲਾ ਦਾ ਤਵਾਫ ਵੀ ਕੀਤਾ ਬੈਤੁੱਲਾ ਦੇ ਅੰਦਰ ਜਾ ਕੇ ਇਬਾਦਤ ਕੀਤੀ ਏ ਅਤੇ ਮੇਰੇ ਪੈਗੰਬਰ ਅਲੈਹਿ ਸਲਾਤੋ ਸਲਾਮ ਦੇ ਕੋਲੋਂ ਸੈਯਦਨਾ ਉਮਰ ਫਾਰੂਕ ਨੇ ਜਦੋਂ ਕਲਮਾ ਪੜਿਆ ਤੇ ਮੇਰੇ ਪੈਗੰਬਰ ਨੇ ਫਰਮਾਇਆ ਸਹਾਬਾ ਆਓ ਨਾ ਜ਼ਰਾ ਅੱਲਾ ਦੀ ਇਬਾਦਤ ਕਰ ਲਈਏ ਨਾ ਸੈਯਦਨਾ ਉਮਰੇ ਫਾਰੂਕ ਕਹਿਣ ਲੱਗੇ ਨੇ ਸੋਹਣਿਆ ਇਬਾਦਤ ਕਿੱਥੇ ਕਰਨੀ ਹੈ ਮੇਰੇ ਨਬੀ ਨੇ ਫਰਮਾਇਆ ਇਸੇ ਘਰ ਦੇ ਅੰਦਰ ਦਾਰੇ ਅਰਕਾਂ ਦੇ ਅੰਦਰ ਕਰਾਂਗੇ ਸੈਯਦਨਾ ਉਮਰ ਨੇ ਸੁਣਿਆ ਕਹਿਣ ਲੱਗੇ ਨੇ ਸੋਹਣਿਆ ਆਓ ਨਾ ਬੈਤੁੱਲਾ ਦੇ ਅੰਦਰ ਜਾ ਕੇ ਇਬਾਦਤ ਕਰੀਏ ਫਰਮਾਇਆ ਉਮਰ ਤੇਰੇ ਕਬੀਲੇ ਵਾਲੇ ਲੋਕ ਸਾਨੂੰ ਬੈਤੁੱਲਾ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਤੇਰੇ ਕਬੀਲੇ ਦੇ ਲੋਕ ਬੈਤੁੱਲਾ ਦੇ ਅੰਦਰ ਜਾਣ ਵਾਸਤੇ ਸਾਨੂੰ ਤਿਆਰੀ ਕੋਈ ਨਹੀਂ ਇਬਾਦਤ ਕਰਾਉਣ ਵਾਸਤੇ ਤਿਆਰੀ ਕੋਈ ਨਹੀਂ ਸੈਯਦਨਾ ਉਮਰ ਨੇ ਸੁਣਿਆ ਫਰਮਾਉਂਦੇ ਨੇ ਸੁਣਿਆ ਜੇ ਉਮਰ ਨੇ ਕਲਮਾ ਪੜਿਆ ਤੇ ਹੁਣ ਵੀ ਲੋਕ ਕੇ ਇਬਾਦਤ ਕਰਨੀ ਹੈ ਮੇਰੇ ਇਸਲਾਮ ਲਿਆਮ ਦਾ ਫਾਇਦਾ ਕੀ ਹੈ ਆਓ ਨਾ ਚਲੀਏ ਬੈਤੁੱਲਾ ਦੇ ਅੰਦਰ ਸਹਾਬਾ ਕਿਰਾਮ ਮੇਰੇ ਨਬੀ ਦੇ ਨਾਲ ਨੇ ਚੰਦ ਸਹਾਬਾ ਨੇ ਇੱਕ ਪਾਸੇ ਸੈਯਦਨਾ ਅਮੀਰੇ ਹਮਜ਼ਾ ਨੇ ਤਲਵਾਰ ਕੱਢੀ ਏ ਤੇ ਦੂਸਰੀ ਸਾਈਡ ਤੇ ਸੈਯਦਨਾ ਉਮਰ ਤਲਵਾਰ ਲਹਿਰਾਉਂਦੇ ਪਏ ਨੇ ਦੋਵੇਂ ਮੇਰੇ ਪੈਗੰਬਰ ਤੇ ਬਹਾਦਰ ਸਹਾਬੀ ਨੇ ਤਲਵਾਰ ਨੂੰ ਲਹਿਰਾ ਕੇ ਮੈਦਾਨ ਅੰਦਰ ਆਏ ਨੇ ਤੇ ਵੇਖਿਆ ਕਾਫਰਾਂ ਨੇ ਮੁਹੰਮਦ ਆਪਣੇ ਯਾਰਾਂ ਦੇ ਨਾਲ ਬੈਤੁੱਲਾ ਦਾ ਰੁਖ ਕਰਦੇ ਪਏ ਨੇ ਤੇ ਸੈਯਦਨਾ ਉਮਰ ਕਹਿਣ ਲੱਗੇ ਨੇ ਓਏ ਲੋਕੋ ਗੱਲ ਸੁਣ ਲਵੋ ਮੈਂ ਵੀ ਮੁਹੰਮਦ ਦਾ ਤਾਬਿਆਦਾਰ ਬਣ ਗਿਆ ਵਾਂ ਮੈਂ ਵੀ ਮੁਹੰਮਦ ਰਸੂਲੁੱਲਾ ਦਾ ਕਲਮਾ ਪੜ੍ਹ ਲਿਆ ਏ ਲਿਹਾਜ਼ਾ ਅੱਜ ਜਿੰਨੇ ਵੀ ਮੁਹੰਮਦ ਦਾ ਸਾਹਮਣਾ ਕਰਨਾ ਪਹਿਲੇ ਉਮਰ ਦਾ ਸਾਹਮਣਾ ਕਰਨਾ ਪਏਗਾ ਜਿੰਨੇ ਮੇਰੇ ਨਬੀ ਦਾ ਰਾਹ ਰੋਕਣਾ ਏ ਸਭ ਤੋਂ ਪਹਿਲੇ ਮੇਰਾ ਸਾਹਮਣਾ ਕਰਨਾ ਪਏਗਾ ਫਿਰ ਵੇਖਣਾ ਵਾਂ ਕਿਹੜਾ ਸਾਹਮਣੇ ਆਉਂਦਾ ਹੈ ਅੱਲਾਹੂ ਅਕਬਰ ਜਿੰਨੇ ਆਪਣੀਆਂ ਬੀਵੀਆਂ ਬੇਵਾ ਕਰਾਉਣੀਆਂ ਨੇ ਬੱਚੇ ਯਤੀਮ ਕਰਾਉਣੇ ਨੇ ਆਓ ਉਮਰ ਦੀ ਤਲਵਾਰ ਦੇ ਸਾਹਮਣੇ ਸਾਰੇ ਲੋਕ ਪਿੱਛੇ ਹੋ ਗਏ ਨੇ ਅਤੇ ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਸਹਾਬਾ ਦੇ ਨਾਲ ਆਏ ਨੇ ਆ ਕੇ ਇਬਾਦਤ ਕੀਤੀ ਅੱਲਾਹ ਦੇ ਘਰ ਦੇ ਅੰਦਰ ਆ ਕੇ ਮੇਰੇ ਨਬੀ ਨੇ ਚੱਕਰ ਲਾਏ ਨੇ ਅੱਲਾਹ ਤਾਲਾ ਦੇ ਘਰ ਦੇ ਅਤੇ ਨਾਲੇ ਮੇਰੇ ਨਬੀ ਨੇ ਅੱਲਾਹ ਦਾ ਸ਼ੁਕਰੀਆ ਅਦਾ ਕੀਤਾ ਅੱਲਾਹ ਤੇਰੇ ਕੋਲੋਂ ਇੱਕ ਯਾਰ ਮੰਗਿਆ ਸੀ ਅੱਲਾਹ ਇਸਲਾਮ ਦੀ ਇੱਜ਼ਤ ਮੰਗਿਆ ਸੀ ਤੂੰ ਮੇਰੀ ਦੁਆ ਨੂੰ ਕਬੂਲ ਕਰ ਲਿਆ ਏ ਅੱਲਾਹ ਸੱਚੀ ਮੁੱਚੀ ਇਸਲਾਮ ਨੂੰ ਇੱਜ਼ਤ ਮਿਲਣ ਲੱਗ ਪਈ ਏ ਅੱਲਾਹੂ ਅਕਬਰ ਜਿਹੜੇ ਕਾਫਿਰ ਸਾਹਬੇ ਕਿਰਾਮ ਦੇ ਉੱਪਰ ਗੱਲ ਗੱਲ ਦੇ ਉੱਤੇ ਜ਼ੁਲਮ ਕਰਨ ਲੱਗ ਜਾਂਦੇ ਸਨ ਉਮਰ ਦੇ ਆਮਨ ਦੀ ਵਜ੍ਹਾ ਤੋਂ ਇਹ ਸਾਰੇ ਡਰਦੇ ਨੇ ਸਾਹਬੇ ਕਿਰਾਮ ਨੂੰ ਜ਼ਿਆਦਾ ਤੰਗ ਵੀ ਨਹੀਂ ਕਰਦੇ ਖੌਫ ਤਾਰੀ ਹੋ ਗਿਆ ਕਿ ਅੱਲਾਹੁ ਅਕਬਰ ਉਮਰ ਵੀ ਮੇਰੇ ਨਬੀ ਦਾ ਮੁਰੀਦ ਬਣ ਗਿਆ ਉਮਰ ਵੀ ਮੇਰੇ ਨਬੀ ਦਾ ਸਹਾਬੀ ਬਣ ਗਿਆ ਸਾਰਿਆਂ ਦੀ ਇੱਜ਼ਤ ਇਸਲਾਮ ਦੇ ਨਾਲ ਏ ਸਾਰਿਆਂ ਦਾ ਮੁਕਾਮ ਇਸਲਾਮ ਦੇ ਨਾਲ ਏ ਲੇਕਿਨ ਮੈਂ ਕੁਰਬਾਨ ਜਾਵਾਂ ਇਸਲਾਮ ਦੀ ਇੱਜ਼ਤ ਬਣ ਕੇ ਮੇਰਾ ਉਮਰ ਆਇਆ ਇਸਲਾਮ ਦਾ ਸ਼ਬਾਬ ਬਣ ਕੇ ਮੇਰਾ ਉਮਰ ਆਇਆ ਇਸਲਾਮ ਦੀ ਗੈਰਤ ਬਣ ਕੇ ਮੇਰਾ ਉਮਰ ਆਇਆ ਅੱਲਾਹੁ ਅਕਬਰ ਪਹਿਲੀ ਖਸੂਸੀਅਤ ਏ ਅੱਲਾਹ ਪਾਕ ਦੇ ਕੋਲ ਮੰਗ ਮੰਗ ਕੇ ਨੇ ਆਏ ਅਤੇ ਦੂਸਰੀ ਖਸੂਸੀਅਤ ਇਸਲਾਮ ਦੀ ਇੱਜ਼ਤ ਬਣ ਕੇ ਆਇਆ ਇਸਲਾਮ ਜਦੋਂ ਕਬੂਲ ਕੀਤਾ ਅੱਲਾਹ ਪਾਕ ਨੇ ਇਸਲਾਮ ਨੂੰ ਬਰਤਰੀ ਅਤਾ ਫਰਮਾਈਏ ਅੱਲਾਹ ਨੇ ਇਸਲਾਮ ਨੂੰ ਮੁਕਾਮ ਅਤਾ ਫਰਮਾ ਦਿੱਤਾ ਤੀਸਰੀ ਖਸੂਸੀਅਤ ਸੈਯਦਨਾ ਉਮਰੇ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੋ ਦੀ ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਨਬੀ ਪਾਕ ਦਾ ਦਰੂਦ ਪੜੋ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮੈਂ ਖਾਬ ਅੰਦਰ ਵੇਖਿਆ ਮੈਨੂੰ ਇੱਕ ਦੂਧ ਦਾ ਪਿਆਲਾ ਦਿੱਤਾ ਗਿਆ ਏ
ते मेरे नबी ने फरमाया मैं रज के दूध पीता हाथा के मैनू इंज लगा मेरे नाखुना तक दूध दी तरी आ गई है इना रज के मैं दूध पीता। नबी पाक ने फरमाया इधर मैं दूध पी के छड़िया है ते मैं प्याला पकड़ के उमर बिन खत्ताब नू पकड़ा दिता। मेरे उमर ने मेरे बाद बड़ा रज के दूध पीता है। सहाबा किराम फरमा देने सोने इस ख्वाब दी तबीर भी बयान करना की तबीर है। मेरे पैगंबर ने फरमाया ए दी तबीर है अल इल्म। मेरे नबी ने फरमाया मेरे बाद अल्लाह पाक सब तो ज्यादा इलम उमर बिन खत्ताब नू देवेगा। मेरे तो बाद सब तो ज्यादा अल्लाह पाक आलिम उमर बिन खत्ताब नू बनाएगा। सब तो ज्यादा फहमो फरासत अल्लाह पाक जनाब उमर नू अता करेगा। ते एक और रिवायत अंदर मेरे नबी ने फरमाया मैं वेखिया मेरे सामने बड़े लोग मैनू दिखाए गए ने अल्लाह अकबर बड़े लोगों ने कमीजा पाइया ने किसी की कमीज घुटन तक आ रही है किसी की थोड़ी जी उपर आ रही है किसी की राम तक कमीज जा रही है। ते मेरे नबी ने फरमाया है मैं इधर अपने उम्र नू वेखिया मेरे उम्र की कमीज पैर तक लटक रही है पैर तक कमीज जाती पई है। सहाबा कहते ने सोने ए दी तबीर की है तबीर फरमाओ ना। मेरे नबी ने फरमाया ए दी तबीर है दीन इस्लाम। अल्लाह अकबर मेरा उम्र पूरे दा पूरा इस्लाम अंदर दाखिले मेरा उम्र पूरे दा पूरा दीन अंदर दाखिले पूरे दा पूरा दीन वाले सिर तो लैके पैरों के नाखुना तक मेरा उम्र दीन दे अंदर मुलव्विस है दीन दे अंदर डुबिया होया है दीन दे रंग दे अंदर रंगिया होया है। अल्लाह अकबर किसी के बारे मेरे नबी ने यह नहीं आखिया कि मेरे पास सब तो ज्यादा इलम फुलां को लोएगा। ए भी खसूसियत मिली है जनाब उमर नू दीन दी खसूसियत मिली जनाब उमर नू। अल्लाह अकबर इलम वाला उमर अल्लाह अकबर दीन वाला उमर फहमो फरासत वाला उमर। मेरे पैगंबर ली सलातु सलाम ने एक और खसूसियत बयान फरमाई है। मेरे नबी ने फरमाया हर उम्मत अंदर कोई ना कोई दना कोई ना कोई हिलम वाला फहमो फरासत वाला बुर्दबारी वाला सोच वाला जहनीयत वाला बंदा हुंदा सी। ते मेरे नबी ने फरमाया मेरी उम्मत के अंदर भी अल्लाह पाक ने एक दना बंदा पैदा फरमाया है। वैसे ते बंदे बड़े दना दना ते बड़े बड़े अकलमंद पैदा फरमाए ने बड़े बड़े फहमो फरासत वाले बड़े बड़े फिक्र तदब्बुर वाले बंदे पैदा फरमाए ने लेकिन मेरे नबी ने फरमाया है मेरी उम्मत के अंदर सब तो ज्यादा दाना ते समझदार बंदा है वे ते ओदा नाम भी उमर बिन खत्ताब है। नबी पाक ने फरमाया मेरी उम्मत के अंदर सब तो दाना बंदा उमर बिन खत्ताब है जिन्हों नबी पाक सियाणा आंदे पैने दाना आंदे पैने जिन्होंने नबी पाक इस्लाम वाला कहते पैने दीन वाला कहते पैने। तो की ख्याल है ईमान अंदर शक हो सकता है वो ईमान अंदर किसी किस्म की कमी हो सकती है। नबी सल्लल्लाहु अलैहि वसल्लम ने फरमाया हर उम्मत के अंदर कोई ना कोई अकल वाला दना बड़ी बड़ी दूर तक सोच रखने वाला बंदा हुंदा सी ते मेरी उम्मत के अंदर दूर दूर तक सोचा रखने वाला जहनीयत वाला बंदा उमर बिन खत्ताब है। एक और अजमत सुनिए एक और खसूसियत सुनिए मेरे और तुहाडे महबूब पैगंबर जनाबे मुहम्मद सल्लल्लाहु अलैहि वसल्लम ने फरमाया एक औरत मत बयान फरमाई जनाब उमर दी। मेरे नबी ने फरमाया लौकान नबियुम बादी लकान उमर। मेरे नबी ने फरमाया मेरे तक नबुव्वत का सिलसिला खत्म हो गया है मैं नबी बन के आया वा मेरे ते अल्लाह पाक ने नबुव्वत का एंड कर दिता है। आना खातम नबी जीन ला नबी या बादी। मेरे नबी ने फरमाया मैं खातम नबी जीन बन के आया वा मेरे बाद नबी कोई नहीं आ सकता मेरे बाद पैगंबर कोई नहीं आ सकता। ते मेरे पैगंबर सलातो सलाम
السلام نے فرمایا میں محمد گارنٹی دین لگا ماں اگر نبوت دا سلسلہ چلتا رہندا نبوت دا سلسلہ تے ختم ہو گیا اگر میرے بعد بھی کوئی نبی آنا ہوندا میرے نبی نے فرمایا میرا عمر بن خطاب نبی بننا سی اگر میرے بعد بھی کوئی نبی ہونا ہوندا میرا صحابی عمر بن خطاب نبی بن جانا سی اللہ اکبر ہے بھی ایسی شان ہے ایسا مقام عمر دا کسے صحابی نو میرے نبی نے نہیں آکھیا اے تے اندر نبیاں والیاں صفتاں نے لیکن سیدنا عمر دے بارے میرے نبی کہندے پے نے کہ اگر میری امت دے اندر کوئی نبی بننا ہوندا میرے بعد عمر نے نبی بننا سی عمر دے اندر نبیاں والیاں خصلتاں نے نبیاں والیاں دے اندر صفات نے اللہ اکبر لیکن اللہ پاک نے نبوت دا سلسلہ ختم کر دیتا قیامت آ سکتی ہے کوئی نبی آ سکتا کوئی نبی آ سکتا جنے مرضی مردے اٹھ کے کہہ دین اسی نبیاں جنے مرضی مرزائی ہو جان لانتی تے ہو سکتے نے پرلے درجے دے لیکن گج کے بولو کوئی بھی نبی ہو سکتا ساڈے نبی تے آ کے اللہ پاک نے نبوت دا اینڈ کر چھڑیا ٹھپا لا چھڑیا سونے تیرے بعد نبی کوئی نہیں آ سکتا قیامت آ سکتی قیامت آ سکتی ہے نبی کوئی نہیں آ سکتا تے کی خیال ہے جیڑا آکھے جی مرزا بھی نبی ہے ہیں کانا بھی نبی ہے اسی انہوں نبی ماننے ہاں گل یاد رکھیے دنیا دے اتے اے دے نالوں وڈا کافر کوئی نہیں کیونکہ اے زندیق کافر نے مرتد کافر نے اے نا دے نال کسے قسم دا لین دین کسے قسم دا کاروبار کرنا بھی حرام ہے جیڑا ساڑھے نبی تو بعد بھی کسے نبی دی آمد رکھے ساڑھے نبی تو بعد بھی کسے نبی دی توقع رکھے ساڑھے نبی تو بعد بھی کسے نبی دا کلمہ پڑھن دیو دے دل اندر حسرت رہ جائے تے ایسے بندے دا ایمان ہونا تے دور دی گالے او دے نالو وڈا شیطان دنیا دے اندر ہو ہی کوئی نہیں سکتا دعا کرو اللہ پاک سانو ایس فتنے دے کول وی محفوظ فرمائے تے جیڑا ساڑھے نبی تو بعد بھی نبی ماندا پھرے ایسے دا اللہ بیڑا غرق فرمائے میرے پیغمبر علیہ السلام اپنے گھر دے اندر تشریف فرمانے میرے نبی دے کول چند دورتاں آیا میرے پیغمبر علیہ السلام دا گھر چند عورتاں قریش دیاں مسئلہ پوچھن واسطے آئیاں نے تے میرے نبی مسئلہ دسدے پے نے تے انہاں عورتاں دیاں آوازاں بلام توں لگ پیاں نے آپس دے اندر بحث کر دیاں پیاں نے انہاں دیاں آوازاں اچھیاں ہون لگ پیاں اللہ اکبر آپس دے اندر بحث کر دیاں پیاں نے اینی دیر دے اندر دروازہ کھٹکیا تے میرے پیغمبر علیہ السلام نے پوچھیا دروازے دوتے آن والا کون ہے دسیا گیا سونیا تواڈا صحابی عمر بن خطاب آیا ہے تواڈا یار عمر آیا ہے میرے پیغمبر نے فرمایا عمر آیا عام دی عمر نو عام دیاں اجازتاں دے دیو جناب عمر بن خطاب رضی اللہ تعالی عنہ جدو اندر آ گئے نے ادھر عورتوں نے ویکھیا تے نس گئیاں جلدی دے نال پردے دیولے ہو گئیاں میرے پیغمبر علیہ السلام نے ویکھیا مسکران لگ پے نے عمر دا نام سنیا تے عورتاں پردے دیولے ہو گئیاں نے عمر دا نام سنیا تے عورتاں پردے دیولے چھپ گئیاں نے تے میرے نبی نے منظر ویکھیا مسکران لگ پے نے تے عمر آئے نے داخل ہوئے نے میرے پیغمبر نو ہسدیاں ویکھیا مسکراندیاں ویکھیا سونیا اللہ تانوں انجی ہسدیاں رکھے انجی ہمیشہ مسکراندے رہو کی گل ہے کیوں مسکرا رہے ہو ہسن دی وجہ تے دسونا مسکران دی وجہ دسونا سونیا تسی کڈے پیارے لگدے پے ہو مسکراندے ہوئے تے میرے پیغمبر علیہ الصلوۃ والسلام نے فرمایا عمر تیرے آون تو پہلے میرے کول قریش دیاں چند عورتاں آئیاں نے بحث و تکرار کردیاں پیاں سن بڑی بڑی اچھی بولدیاں پیاں سن تیرا نام سنیا تے جلدی دے نال پردے دیولے ہو گئیاں نے تیرا نام سنیا پردے دیولے لگ گئیاں نے تے سیدنا عمر نے اے نی گل سنی ہے تے بی بیاں نوں مخاطب کیتا نی بی بیو تسی میرے
क्यों डरदियां जे तुसी अपनी जान दियां दुश्मन क्यों बनिया बैठिया जे तुहाडा हक बनदा है मेरे नालों ज्यादा नबी पाक दे कोलों डरिया करो मेरे कोलों इन्ना क्यों डरदियां जे आमिना दे लाल दे कोलों डरिया करो तुसी मेरा खौफ खांदियां जे आमिना दे लाल दा खौफ करिया करो उन्हां दे सामने उची उची बोली जांदियां जे ते मैं आया ते लुक गईयां जे अल्लाहु अकबर बीबियां ने गल सुनी ते जवाब दिता उमर गल सुन लै असी तेरे कोलों तां डरनियां वा तेरी तबीयत बड़ी गर्म है तेरी तबीयत दे अंदर बड़ी सख्ती है अल्लाहु अकबर सानू तेरे कोलों तां डर लगदा है तू बड़ा सख्त मिजाज बंदा है ते नबी पाक दे कोलों सानू डर नहीं लगदा क्योंकि नबी पाक बड़ी नरम गुफ्तगू करने वाले ने बड़ी मुहब्बत वाली गुफ्तगू करने वाले ने ते मेरे नबी ने दुआ करां दी गल सुनी बीबियां दी गल भी सुनी है सय्यदना उमर गल भी सुनी मेरे नबियां ने फिर मुस्कुरान लग पैने मेरे पैगंबर ने सलातु सलाम ने फिर तबस्सुम फरमाया ते नाले मेरे नबी ने उमर नु बुलाया तो जनाब उमर नु मेरे नबी ने फरमाया उमर तेरी अजमत नु बयान करा तेरी एक और शान बयान करा एक और खसूसियत बयान करा जी सुनया दसो ते सही ना मेरे नबी ने फरमाया या बनल खत्ताब वल्लजी नफ्सी बियदिही मा लकिया कशैतान सालिकन फज्जन कत्तू मेरे नबी ने फरमाया उमर तेरे इमाम दी एनी ताकत है तेरे इमाम दा एना रोबे जिस रस्ते दे अंदर तू टुर पैना है उस रस्ते दे अंदर शैतान आना ते दूर दी गल है शैतान तेरा रस्ता छड़ के दूर नस जांदा है फरमाया उमर तेरी एक खसूसियत है जेड़े रस्ते अंदर तू आना है शैतान तेरा रस्ता छड़ के दूर नस जांदा है तेरे इमाम दी इन्नी ताकत है तेरे इमाम दी इन्नी कुव्वत है अल्लाहू अकबर जनाब उमर दे कोलों शैतान डरदा है उदों दा शैतान भी उमर कोलों डरदा है अज दा शैतान भी उमर कोलों डरदा है उदों दा शैतान भी उमर दा खौफ खांदा है अज दा शैतान भी उमर दे नां दे कोलों भी डरदा है उदों दा शैतान उमर दे वजूद कोलों डरदा है ते अज दा शैतान उमर दे जिक्र कोलों डरी जांदा है उदों दा शैतान उमर दे वजूद ते ईमान कोलों डरदा है ते अज दा शैतान उमर दे जिक्र ते उमर दे नाम कोलों डरी जांदा है अल्लाहु अकबर शैतान उत्ते मेरे उमर दा नाम हावी होएगा ओहो ही बंदा मुसलमान है ओहो ही बंदा इंसान है ओहो ही बंदा ईमान वाला है जेड़ा मेरी उमर दा हया करदा है जेड़ा मेरी उमर दी कदर करदा है जेड़ा सैयद उमर नाल प्यार करदा है सय्यदना उमर दे नाल मुहब्बत करदा है अल्लाहू अकबर मैं कुर्बान जावां अल्लाह पाक ने ऐसी शाम दिती है ओए उदों भी शैतान डरदा सी अज भी जिहड़ा जनाब उमर दा मुनकिर बनेगा ईमान वाला बनना ते दूर दी गल है साडा ईमान ऐसे बंदे नालों वड्डा शैतान कोई नहीं हो सकदा बोलो ऐसे बंदे नालों वड्डा शैतान हो सकदा है जड़ा उमर दा मुनकर है मुसलमान होना ते दूर दी गल है असीं उहनूं शैतान मनणे आ की ख्याल उमर नूं नहीं मनणा ते की ख्याल है इस्लाम दी उमर वधीए उमर दे आन ते इस्लाम दी उमर अल्लाह ने वधाई है जनाब उमर दे ईमान ले आन ते ते जड़ा अजे भी आख्या सी उमर नूं नहीं मनदे ते की ख्याल है इस्लाम मगर बच जाएगा ओ यार उन्होंने तो कुर्बानियां दित्तियां ने ते अज जेड़ा उठदा है ओ ही उठ के नबी पाक दी सलातो सलाम दे सहाबा दे उत्ते तबरे करन लग जांदा है जेड़ा उठदा आंदा जी असीं फलाणे नूं नहीं मानदे फलाणे नूं नहीं मानदे ना मन्नो अपने ईमान दा बेड़ा गर्क करना करी जाओ साडा की जाना है अपना ईमान गवाना है उहनां दी शान अंदर कमी आ कोई नहीं सकदी एक बंदा है आसमान वल मूँह चुकदा ते सूरज वल मूँह करके थुकदा है आंदा जी मैं सूरज उत्ते थुकना है ते की ख्याल है ओदा थुक अपने मुंह ते नहीं डिगना सूरज नु कुछ नहीं होना मेरे पैगंबर सलातु सलाम दे सहाबा रोशन चन्न और सितारे दी मने दे ने रोशन सूरज दी मने दे ने जेड़ा उन्हां वल मुंह करके भौंकेगा ओदियां सारियां बकवासात अपनी तरफ आणगियां दुआ करो अल्लाह पाक सानू नबी पाक अली सलातु सलाम दे सहाबा दा दिफा और उन्हां दी इज्जत करन दी तौफीक अता फरमाए अल्लाहु अकबर मैं कुर्बान जावां
ਉਮਰ ਦੇ ਨਾਮ ਤੋਂ ਡਰਨ ਕੁਫਰ ਦੀਆਂ ਕੁੱਲ ਦਾਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ, ਏ ਪੁੱਤਰ ਹਲਾਲੀ ਮਾਵਾਂ ਦੀ ਜਾਨ ਫਿਦਾ ਕਰਦੇ, ਚੰਗੀਆਂ ਨਸਲਾਂ ਵਾਲੇ ਉਮਰ ਦਾ ਹਯਾ ਕਰਦੇ, ਚੰਗੀਆਂ ਨਸਲਾਂ ਵਾਲੇ ਉਮਰ ਦਾ ਹਯਾ ਕਰਦੇ, ਵੈਰ ਉਮਰ ਦਾ ਹੈਣ ਯਹੂਦੀ ਅਲਾਮਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ, ਓਏ ਉਮਰ ਖਤਾਬ ਜੋ ਬੋਲਣ ਲਈ ਨਬ ਖੋਲਦਾ ਏ, ਬਣ ਜਾਂਦਾ ਕੁਰਾਨ ਉਮਰ ਜੋ ਬੋਲਦਾ ਏ, ਬਣ ਜਾਂਦਾ ਕੁਰਾਨ ਉਮਰ ਜੋ ਬੋਲਦਾ ਏ, ਖੋਲ ਬੁਖਾਰੀ ਮੁਸਲਿਮ ਤਿਰਮਜ਼ੀ ਮਿਸ਼ਕਾਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ, ਉਮਰ ਉਮਰ ਹੈ ਉਮਰ ਉਮਰ ਦੀਆਂ ਕਿਆ ਬਾਤਾਂ। ਆਈਏ ਜ਼ਰਾ ਅਗਲੀ ਖਸੂਸੀਅਤ ਬਿਆਨ ਕਰਾਂ, ਆਮੀਨਾ ਦਿਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਉਮਰ, ਅਗਲੀ ਖਸੂਸੀਅਤ ਸੁਣੀਏ ਜਨਾਬੀ ਉਮਰ ਦੀ, ਅੱਲਾਹੁ ਤਾਲਾ ਦੀਆਂ ਖਸੂਸੀਅਤਾਂ। ਜਨਾਬੀ ਉਮਰ ਨੇ ਜਿਹੜਾ ਵੀ ਮਸ਼ਵਰਾ ਜ਼ਮੀਨ ਉੱਤੇ ਦਿੱਤਾ, ਅੱਲਾਹ ਪਾਕ ਨੂੰ ਐਡਾ ਚੰਗਾ ਲੱਗਦਾ ਸੀ, ਮੇਰਾ ਅੱਲਾਹ ਫੌਰਨ ਕੁਰਾਨ ਬਣਾ ਕੇ ਨਾਜ਼ਿਲ ਕਰ ਦਿੰਦਾ ਸੀ। ਅੱਲਾਹੁ ਅਕਬਰ, ਚੰਦ ਇੱਕ ਮੁਕਾਮਾਂ ਤੁਹਾਨੂੰ ਸੁਣਾਵਾਂ। ਜਨਾਬੀ ਉਮਰ ਮੇਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਕੋਲ ਆਏ ਨੇ, ਸਹਾਬਾ ਕਿਰਾਮ ਵੀ ਨਾਲ ਨੇ, ਮੇਰੇ ਪੈਗੰਬਰ ਵੀ ਜਨਾਬੀ ਉਮਰ ਵੀ ਆਏ ਨੇ, ਮੁਕਾਮੀ ਇਬਰਾਹੀਮ ਉੱਤੇ ਪਹੁੰਚੇ ਨੇ। ਤਾਂ ਜਨਾਬੀ ਉਮਰ ਕਹਿਣ ਲੱਗੇ ਨੇ, ਸੋਹਣਿਆ ਮੁਕਾਮੀ ਇਬਰਾਹੀਮ ਉੱਤੇ ਦੋ ਨਫਲ ਪੜ੍ਹ ਲਈਏ, ਕੀ ਖਿਆਲ ਹੈ, ਤੁਹਾਡਾ ਕੀ ਇਰਾਦਾ ਹੈ? ਮੇਰਾ ਦਿਲ ਕਰਦਾ ਹੈ ਕਿ ਇੱਥੇ ਦੋ ਨਫਲ ਪੜ੍ਹਨੇ ਚਾਹੀਦੇ ਨੇ। ਇੱਧਰ ਜਨਾਬੀ ਉਮਰ ਨੇ ਆਪਣੀ ਰਾਏ ਦਿੱਤੀ ਹੈ, ਆਪਣੇ ਦਿਲ ਦੀ ਗੱਲ ਕੀਤੀ ਹੈ, ਅੱਲਾਹ ਪਾਕ ਨੂੰ ਮਸ਼ਵਰਾ ਐਡਾ ਚੰਗਾ ਲੱਗਾ, ਅੱਲਾਹ ਨੇ ਫੌਰਨ ਕੁਰਾਨ ਨਾਜ਼ਿਲ ਫਰਮਾਇਆ, ਫਰਮਾਇਆ ਬਤਖਿਜ਼ੂ ਮਿਨ ਮਕਾਮੀ ਇਬਰਾਹੀਮ ਮੁਸੱਲਾ, ਫਰਮਾਇਆ ਮੇਰੇ ਪੈਗੰਬਰ ਉਮਰ ਨੇ ਜਿਹੜਾ ਮਸ਼ਵਰਾ ਦਿੱਤਾ ਹੈ ਮੈਨੂੰ ਬੜਾ ਚੰਗਾ ਲੱਗਾ ਹੈ, ਮੈਂ ਤੁਹਾਨੂੰ ਹੁਕਮ ਕਰਦਾ ਪਿਆ ਵਾਂ ਕਿ ਮੁਕਾਮੀ ਇਬਰਾਹੀਮ ਉੱਤੇ ਦੋ ਦੋ ਨਫਲ ਲਾਜ਼ਮੀ ਪੜ੍ਹਨੇ ਨੇ। ਅੱਲਾਹੁ ਅਕਬਰ, ਉਮਰ ਨੇ ਗੱਲ ਕੀਤੀ ਹੈ, ਰੱਬ ਨੇ ਤਸਦੀਕ ਕੀਤੀ ਹੈ, ਉਮਰ ਨੇ ਆਪਣੇ ਦਿਲ ਦਾ ਇਜ਼ਹਾਰ ਕੀਤਾ, ਅੱਲਾਹ ਪਾਕ ਨੇ ਕੁਰਾਨ ਨਾਜ਼ਿਲ ਕਰ ਦਿੱਤਾ। ਅੱਲਾਹੁ ਅਕਬਰ, ਅੱਗੇ ਸੁਣੀਏ, ਜਨਾਬੀ ਉਮਰ ਮੇਰੇ ਪੈਗੰਬਰ ਕੋਲ ਆਏ ਨੇ ਤੇ ਸੋਹਣਿਆ ਇੱਕ ਮਸ਼ਵਰਾ ਦੇਣ ਵਾਸਤੇ ਆਇਆ ਵਾਂ, ਔਰਤਾਂ ਨੂੰ ਚਾਹੀਦਾ, ਸਾਡੀਆਂ ਔਰਤਾਂ ਮੁਸਲਮਾਨ ਔਰਤਾਂ ਨੂੰ ਪਰਦਾ ਕਰਿਆ ਕਰਨ, ਚਾਦਰਾਂ ਲੈ ਕੇ ਨਿਕਲਿਆ ਕਰਨ, ਬੁਰਕੇ ਲੈ ਕੇ ਨਿਕਲਿਆ ਕਰਨ, ਤੁਹਾਡਾ ਕੀ ਖਿਆਲ ਹੈ? ਸੋਹਣਿਆ ਮੇਰਾ ਤੇ ਦਿਲ ਇਹ ਕਹਿੰਦਾ ਪਿਆ ਏ, ਪਤਾ ਨਹੀਂ ਲੋਕ ਕਿਸ ਕਿਸ ਜ਼ਹਿਨ ਵਾਲੇ ਹੁੰਦੇ ਨੇ, ਤੁਹਾਡੀਆਂ ਬੀਵੀਆਂ ਵੀ ਹੈ ਨੇ, ਸਾਡੀਆਂ ਮਾਵਾਂ ਨੇ, ਲੇਕਿਨ ਕਈ ਐਸੇ ਦੋ ਨੰਬਰ ਇਮਾਨ ਵੀ ਕਬੂਲ ਕਰਨ ਵਾਲੇ ਮੁਨਾਫਿਕ ਵੀ ਹੈ ਨੇ ਜਿਹੜੇ ਇਹਨਾਂ ਦੇ ਉੱਪਰ ਬੁਰੀ ਨਜ਼ਰ ਵੀ ਡਾਲ ਸਕਦੇ ਨੇ। ਲਿਹਾਜ਼ਾ ਮੇਰਾ ਦਿਲ ਕਹਿੰਦਾ ਪਰਦਾ ਹੋਣਾ ਚਾਹੀਦਾ। ਅੱਲਾਹ ਪਾਕ ਨੂੰ ਗੱਲ ਬੜੀ ਚੰਗੀ ਲੱਗੀ, ਅੱਲਾਹ ਨੇ ਫਿਰ ਕੁਰਾਨ ਨਾਜ਼ਿਲ ਫਰਮਾਇਆ, ਫਰਮਾਇਆ ਯਾ ਅਯੂਹਨ ਨਬੀਯੂ ਕੁੱਲੀ ਅਜ਼ਵਾਜਿਕਾ ਵਾ ਬਨਾਤਿਕਾ ਯੁਦਨੀਨਾ ਅਲੈਹਿੰਨਾ। ਅੱਲਾਹੁ ਅਕਬਰ, ਅੱਲਾਹ ਪਾਕ ਨੇ ਐਲਾਨ ਫਰਮਾਇਆ, ਕੁੱਲੀ ਅਜ਼ਵਾਜਿਕਾ ਵਾ ਬਨਾਤਿਕਾ ਵਾ ਨਿਸਾਇਲ ਮੁਅਮਿਨੀਨ ਯੁਦਨੀਨਾ ਅਲੈਹਿੰਨਾ ਮਿਨ ਜਲਾਬੀਬਿਹਿੰਨਾ ਜ਼ਾਲਿਕਾ ਅਦਨਾ ਅਯੁਰਫਨਾ ਫਲਾ ਯੁਜ਼ੈਨ ਵਕਾਨ ਅੱਲਾਹੁ ਗਫੂਰ ਰਹੀਮ। ਅੱਲਾਹ ਨੇ ਫਰਮਾਇਆ ਐ
मेरे पैगंबर उमर ने राय दी है परदा करना चाहिए। मैं रब का भी एगो फैसला है परदा करना चाहिए। मैं रब का भी एगो फैसला परदा करया करन तुहाडियां औरतां तुहाडियां बेटियां तुहाडियां बीवियां ते मुसलमानां दियां औरतां। अल्लाह अकबर अगे सुनिए सैयदना उमर मेरे पैगंबर सलातो सलाम नूं कहन लगे ने सोने ए जड़ी शराब मुसलमान भी पींदे ने शराब की हुरमत नादल कोई नहीं होई है। सोने ए शराब हराम होनी चाहिए है क्योंकि ए नशा आवरे शराब जड़ी हराम होनी चाहिए है। अल्लाह अकबर मुसलमानां नूं नहीं पीनी चाहिए। अल्लाह पाक ने कुरान नाजिल फरमाया इन्नमल खमरु वल मैसिर वल अंसाब वल अज़लाम रिजसुम मिन अमल शैतान। सोने उमर ने आख्या मैं रब नूं गल बड़ी चंगी लगी है अज तो बाद शराब हराम है जुआ भी हराम है। अल्लाह अकबर अल्लाह पाक ने हुरमत नादल कर दी है। जनाबी उमर एक दफा फिर मेरे नबी दे कोल आए ने अल्लाह अकबर अब्दुल्ला बिन उबई अल्लाह अकबर मुनाफकां दा सरदार है मर गया ते मेरे पैगंबर ली सलातो सलाम दे कोल एदा बेटा आया जो कि मेरे नबी दा सहाबी अब्दुल्ला। वो आके कहन लगा सोनिया मेरे अबे दा जनादा पढ़ा दियो आके ते मेरे नबी जनादा पढ़ाण वास्ते आ गए ने ते सैयदना उमर फारूक कहन लगे ने सोनिया ए ते मुनाफिक है तुहाडी मुखालफत करदा रहा है तुसी एदा जनादा किवें पढ़ सकदे हो ना पढ़िया जे जनादा। मेरे नबी ने फरमाया रहमत बन के आया मेरा पैगंबर। मेरे नबी ने आख्या फिर की गल है मैनू तंग कीता है अगर मेरे जनादा पढ़न दे नाल अल्लाह इनू माफ कर छड़े ते मैं जनादा पढ़ांगा। अगर मैनू 70 वरी भी जनादा पढ़ना पिया मैं जनादा पढ़न वास्ते तैयार हाँ। अल्लाह अकबर सैयदना उमर कहते पैण सोनिया जनादा नहीं पढ़ना चाहिए। अल्लाह पाक ने भी कुरान नाजिल कर दिता। अल्लाह ने फरमाया ए मेरे पैगंबर उमर ठीक कहता पिया है ठीक है तुसा एक बारी जनादा पढ़ दिता है इम तस्तगफिर लकुम। अल्लाह अकबर मेरे पैगंबर सलातो सलाम अल्लाह पाक ने फरमाया इम तस्तगफिर लकुम सब इना मर्रतन फलन यगफिर अल्लाह लकुम। फरमाया सुनिया उमर दी गल मैनू एडी चंगी लगी है अगर 70 मरतबा भी तुसी इस मुनाफिक दा जनादा पढ़ोगे अल्लाह पाक तुहाडे नाल पक्की गल कर दे पैणे अल्लाह ने इहनू माफ नहीं करना। 70 वरी भी जनादा पढ़ोगे अल्लाह ने माफ करना। उमर गल करदा मेरा रब कुरान बनांदा है। उमर अपने दिल दी गल करदा अल्लाह पाक कुरान बना के नाजिल कर देंदा है। अल्लाह अकबर मैं सदके जावां सहाबा किराम फरमांदे ने किसे सियाबी नूं शरफ हासिल नहीं होया किसे सियाबी नूं शान नहीं मिली कि जेड़ी गल करे अल्लाह कुरान नाजिल कर देवे। ये शरफ मिलिया जनाबे उमर बिन खत्ताब रज़ी अल्लाह तआला अन्हु नूं। अल्लाह अकबर मैं कुर्बान जावां ते मेरे पैगंबर दी सलात सलाम दा कितना प्यारा सियाबी है कितना सोहना सियाबी मेरे पैगंबर ली सलातो सलाम दा। मेरे पैगंबर ली सलाम बड़ा प्यार करया करदे सन बड़ी मुहब्बत करया करदे सन। मेरे नबी ने फरमाया दुनिया ते भी इकट्ठे आ असी दुनिया तो जावांगे इकट्ठे जावांगे। अल्लाह अकबर मैं कुर्बान जावा कब्रां दे अंदरों निकलांगे इकट्ठे उठाए जावांगे ते हत्ता कि मेरे नबी ने फरमाया जदों मेरा होज लगना है होदे कौसर लगाया जाना है ते कईयां नूं पानी मैं मुहम्मद ने पिलाना है ते कईयां नूं पानी मेरे अबू बकर ते मेरे उमर ने भर भर के पिला देना है। कईयां नूं मैं पिलाना ते कईयां नूं अबू बकर ते उमर ने पानी पिलाना। जिन्हें उमर नूं मनना नहीं वह होदे कौसर दे करीब भी आ सकता जड़ा उन्हें मनता कोई नहीं की ख्याल है। नबी पाक ने दूरों वेख के कह नहीं देना हो तू उमर का मुनकर है लैन की आया अज मैं मुहम्मद के होद उते और तू अबू बकर नहीं सी मनता ए दोवें खलोते नहीं मैं मुहम्मद तेरी शक्ल भी वेखना गवारा नहीं करता जब तक तेरे दिल अंदर उमर का हया नहीं होएगा। उमर का हया करना जरूरी है की ख्याल है उमर का प्यार दिल में रखना ईमान वाले और मोमिन की निशानी है। नबी अलैहि सलातो सलाम ने वेखिया उमर गल करदा अल्लाह कुरान नादल करदा जिदी जुबान उत्ते रब कुरान नादल करे तो की ख्याल है उदी शान अंदर शक हो सकता है।
ਜਿਹਦੀ ਜ਼ੁਬਾਨ ਦੇ ਉੱਪਰ ਮੇਰਾ ਰੱਬ ਜਿਬਰੀਲ ਨੂੰ ਫੌਰਨ ਘੱਲਦਾ ਅਰਸ਼ਾਂ ਦੇ ਉੱਤੋਂ, ਉਹਦੇ ਮੁਕਾਮ ਅੰਦਰ ਕਿਸੇ ਕਿਸਮ ਦਾ ਸ਼ੱਕ ਹੋ ਸਕਦਾ ਭਲਾ? ਦੁਆ ਕਰੋ ਅੱਲਾਹ ਪਾਕ ਸਾਨੂੰ ਉਮਰ ਦਾ ਪੱਕਾ ਸੱਚਾ ਮੁਹਿੱਬ ਬਣਾਏ। ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸਹਾਬੀ ਤਾਬਿਆਂ ਦਾ ਦੀ ਆਖਰੀ ਅਜ਼ਮਤ ਆਖਰੀ ਖਸੂਸੀਅਤ ਜ਼ਿਕਰ ਕਰਾਂ ਤੇ ਗੱਲ ਮੁਕਾਵਾਂ। ਸੈਯਦਨਾ ਉਮਰ ਐਸੇ ਸਹਾਬੀ ਨੇ ਕਿ ਇਹਨਾਂ ਨੂੰ ਮੇਰੇ ਪੈਗੰਬਰ ਅਲੈਹਿ ਸਲਾਤੁਲ ਸਲਾਮ ਦੇ ਮੁਸੱਲੇ ਦੇ ਉੱਪਰ ਇਹਨਾਂ ਦੇ ਉੱਪਰ ਵਾਰ ਹੋਇਆ 26 ਜ਼ੁਲ ਹਜੇ। ਸੈਯਦਨਾ ਉਮਰ ਆਪਣੇ ਨਬੀ ਪਾਕ ਅਲੈਹਿ ਸਲਾਤੁਲ ਸਲਾਮ ਦੇ ਮੁਸੱਲੇ ਇਮਾਮਤ ਉੱਤੇ ਖੜੇ ਨੇ ਅਤੇ ਮਸਜਿਦ ਨਬੀ ਦਾ ਮੰਜ਼ਰ ਹੈ। ਅੱਲਾਹੁ ਅਕਬਰ ਅਬੂ ਲੋਲੋ ਫਿਰੋਜ਼ ਮਜੂਸੀ ਨਾਮੀ ਗੁਲਾਮ ਨੇ ਆ ਕੇ ਜਨਾਬੇ ਉਮਰ ਨੂੰ ਖੰਜਰ ਦੇ ਨਾਲ ਹਮਲਾ ਕੀਤਾ। ਕਿਸੇ ਸਿਆਬੀ ਨੂੰ ਸ਼ਾਨ ਹਾਸਲ ਨਹੀਂ ਹੋਇਆ ਕਿ ਨਬੀ ਪਾਕ ਦੇ ਮੁਸੱਲੇ ਉੱਤੇ ਹਮਲਾ ਹੋਇਆ ਹੋਵੇ। ਉਸ ਜਗ੍ਹਾ ਦੇ ਉੱਤੇ ਹਮਲਾ ਹੋਇਆ ਜਿੱਥੇ ਮੇਰੇ ਨਬੀ ਨੇ ਫਰਮਾਇਆ ਮਾ ਬੈਤੀ ਵਾ ਮਿੰਬਰੀ ਰੌਦਤੁਮ ਮਿਨ ਰਿਯਾਜ਼ਿਲ ਜੰਨਾ, ਜਿੱਥੇ ਮੇਰੇ ਨਬੀ ਨੇ ਫਰਮਾਇਆ ਮੇਰੇ ਮਿੰਬਰ ਤੋਂ ਲੈ ਕੇ ਮੇਰੇ ਘਰ ਤੱਕ, ਮੇਰੇ ਘਰ ਤੋਂ ਲੈ ਕੇ ਮਿੰਬਰ ਤੱਕ ਦੀ ਜਿੰਨੀ ਵੀ ਜਗ੍ਹਾ ਹੈ ਅੱਲਾਹ ਪਾਕ ਨੇ ਜੰਨਤ ਦਾ ਟੁਕੜਾ ਬਣਾਇਆ ਹੈ, ਜੰਨਤ ਦੀ ਜਗ੍ਹਾ ਬਣਾਈ ਹੈ। ਅੱਲਾਹੁ ਅਕਬਰ, ਜਨਾਬੇ ਉਮਰ ਦੇ ਉੱਪਰ ਹਮਲਾ ਹੋਇਆ ਜੰਨਤ ਦੀ ਸਰਜ਼ਮੀਨ ਉੱਪਰ, ਜਨਾਬੇ ਉਮਰ ਦੇ ਉੱਪਰ ਵਾਰ ਹੋਇਆ ਜੰਨਤ ਦੀ ਸਰਜ਼ਮੀਨ ਉੱਪਰ, ਜਿਹਨੂੰ ਵਾਰ ਵੀ ਜੰਨਤ ਦੀ ਸਰਜ਼ਮੀਨ ਉੱਤੇ ਹੋਇਆ ਹੈ ਉਸ ਬੰਦੇ 'ਤੇ ਜੰਨਤ ਅੰਦਰ ਜਾਣ ਅੰਦਰ ਸ਼ੱਕ ਕਿਵੇਂ ਹੋ ਸਕਦਾ ਹੈ? ਸੈਯਦਨਾ ਉਮਰ ਰਜ਼ੀ ਅੱਲਾਹੁ ਤਾਲਾ ਅਨਹੋ ਚਮਤੇ ਜ਼ਿੰਦਾ ਰਹਿਣੇ, ਅੱਲਾਹੁ ਅਕਬਰ, ਯਕਮ ਮੁਹਰਮ ਨੂੰ ਆਪਣੇ ਖਾਲਕੇ ਹਕੀਕੀ ਦੇ ਕੋਲ ਟੁਰ ਗਏ ਨੇ ਅਤੇ ਬਾਅਦ ਦੇ ਅੰਦਰ ਦਫ਼ਨ ਮੇਰੇ ਪੈਗੰਬਰ ਦੇ ਨਾਲ ਹੋਏ ਨੇ। ਅੱਲਾਹੁ ਅਕਬਰ, ਇੱਕ ਸਾਈਡ 'ਤੇ ਅੱਜ ਵੀ ਮੇਰੇ ਨਬੀ ਦਾ ਯਾਰ ਅਬੂ ਬਕਰ ਸੁੱਤਾ ਹੈ ਅਤੇ ਇੱਕ ਸਾਈਡ 'ਤੇ ਮੇਰੇ ਪੈਗੰਬਰ ਦਾ ਪਰਵਾਨਾ ਉਮਰ ਸੁੱਤਾ ਹੈ, ਇੱਕ ਸਾਈਡ ਦੇ ਉੱਪਰ ਐਸ਼ਾ ਦਾ ਬਾਬਾ ਸੁੱਤਾ ਹੈ, ਇੱਕ ਸਾਈਡ ਦੇ ਉੱਪਰ ਹਫਸਾ ਦਾ ਬਾਬਾ ਸੁੱਤਾ ਹੈ, ਇੱਕ ਸਾਈਡ ਦੇ ਉੱਪਰ ਮੇਰੇ ਪੈਗੰਬਰ ਅਲੈਹਿ ਸਲਾਤੁਲ ਸਲਾਮ ਦਾ ਪਹਿਲਾ ਸੁਸਰ ਸੁੱਤਾ ਹੈ ਅਤੇ ਦੂਸਰੀ ਸਾਈਡ ਦੇ ਉੱਪਰ ਮੇਰੇ ਨਬੀ ਦਾ ਦੂਸਰਾ ਸੁਸਰ ਸੁੱਤਾ ਹੈ। ਇਹ ਦੋਨੋਂ ਮੇਰੇ ਨਬੀ ਦੇ ਸੁਸਰ ਨੇ, ਦੋਨਾਂ ਦੀਆਂ ਬੇਟੀਆਂ ਮੇਰੇ ਨਬੀ ਦੇ ਘਰ ਦੇ ਅੰਦਰ ਨੇ ਅਤੇ ਦੋਵੇਂ ਮੇਰੇ ਪੈਗੰਬਰ ਦੇ ਯਾਰ ਵੀ ਨੇ, ਦੋਵੇਂ ਮੇਰੇ ਨਬੀ ਦੇ ਯਾਰੇ ਮਜ਼ਾਰ ਨੇ, ਦੋਵੇਂ ਮੇਰੇ ਪੈਗੰਬਰ ਦੇ ਪਹਿਰੇਦਾਰ ਨੇ। ਉਹਨਾਂ ਨੇ ਉਦੋਂ ਵੀ ਪਹਿਰਾਦਾਰੀਆਂ ਕੀਤੀਆਂ, ਉਦੋਂ ਵੀ ਰਖਵਾਲੀਆਂ ਕੀਤੀਆਂ ਮੀਨਾ ਦੇ ਲਾਲ ਦੀਆਂ, ਉਦੋਂ ਮੇਰੇ ਨਬੀ ਦੇ ਬਾਡੀ ਗਾਰਡ ਬਣੇ ਨੇ, ਉਦੋਂ ਵੀ ਮੇਰੇ ਪੈਗੰਬਰ ਅਲੈਹਿ ਸਲਾਮ ਦੇ ਸਿਪਾਹੀ ਬਣੇ ਨੇ, ਉਦੋਂ ਵੀ ਮੇਰੇ ਪੈਗੰਬਰ ਅਲੈਹਿ ਸਲਾਤੁਲ ਸਲਾਮ ਦੇ ਜਾਨਿਸਾਰ ਬਣੇ ਨੇ ਅਤੇ ਕਿਆਮਤ ਆ ਸਕਦੀ ਹੈ ਕੋਈ ਵੀ ਮੇਰੇ ਅਬੂ ਬਕਰ ਉਮਰ ਨੂੰ ਮੇਰੇ ਪੈਗੰਬਰ ਦੇ ਰੋਜ਼ੇ ਦੇ ਅੰਦਰੋਂ ਕੱਢ ਸਕਦਾ? ਜਿੱਥੇ ਰੋਜ਼ਾਨਾ ਕਰੋੜਾਂ ਦਰੂਦ ਸਲਾਮ ਪਹੁੰਚਦੇ ਨੇ ਤਾਂ ਕੀ ਖਿਆਲ ਹੈ ਉੱਥੋਂ ਮੇਰੇ ਉਮਰ ਨੂੰ ਕੋਈ ਕੱਢ ਸਕਦਾ? ਤੂੰ ਨਾ ਵੀ ਮਨ ਤੇ ਉਮਰ ਦੇ ਉੱਤੇ ਕਰੋੜਾਂ ਰਹਿਮਤਾਂ ਵਸਦੀਆਂ ਪਈਆਂ ਨੇ, ਤੂੰ ਨਾ ਵੀ ਮਨ ਉਮਰ ਦੇ ਉੱਪਰ ਰੋਜ਼ਾਨਾ ਕਰੋੜਾਂ ਰਹਿਮਤਾਂ ਵਸਦੀਆਂ ਪਈਆਂ ਨੇ, ਰੱਬ ਦੇ ਫਰਿਸ਼ਤੇ ਵੀ ਆ ਕੇ ਦਰੂਦ ਪੜਦੇ ਪਏ, ਰੱਬ ਨੇ ਸਵਾਂ ਹੀ ਉੱਥੇ ਛੱਡਿਆ ਜਿੱਥੇ ਰੋਜ਼ਾਨਾ ਰਹਿਮਤਾਂ ਆਉਂਦੀਆਂ ਨੇ, ਰੱਬ ਨੇ ਲਿਟਾ ਹੀ ਉੱਥੇ ਛੱਡਿਆ ਜਿੱਥੇ ਰੋਜ਼ਾਨਾ ਅੱਲਾਹ ਦੇ ਫਰਿਸ਼ਤੇ ਆ ਕੇ ਦਰੂਦ ਪੜਦੇ ਪਏ ਨੇ। ਅੱਲਾਹੁ ਅਕਬਰ। ਫਿਰ ਮੇਰਾ ਵੀ ਦਿਲ ਕੀਤਾ, ਮੈਂ ਵੀ ਉਮਰ ਦੇ ਬਾਰੇ ਮੁਹੱਬਤ ਦੀ ਗੱਲ ਕੀਤੀ, ਮੈਂ ਆਖਿਆ ਰੱਬ ਕੋਲ ਮੰਗਿਆ ਆਕਾ ਨੇ ਜੋ ਯਾਰੇ ਇਬਨੇ ਖਤਾਬ ਸੋਹਣਾ ਉਮਰ ਜਰਾਰੇ, ਰੱਬ ਕੋਲ ਮੰਗਿਆ ਆਕਾ ਨੇ ਜੋ ਯਾਰੇ ਇਬਨੇ ਖਤਾਬ ਸੋਹਣਾ ਉਮਰ ਜਰਾਰੇ, ਇਬਨੇ ਖਤਾਬ ਸੋਹਣਾ ਉਮਰ ਜਰਾਰੇ, ਰੱਬ ਕੋਲ ਮੰਗਿਆ ਏ ਇੱਜ਼ਤ ਜੋ ਦੀਨ ਦੀ, ਰੱਬ ਕੋਲ ਮੰਗਿਆ ਏ ਇੱਜ਼ਤ ਜੋ ਦੀਨ ਦੀ, ਗੱਲ ਮੈਂ ਸੁਣਾਵਾਂ ਤੈਨੂੰ ਰੋਜ਼ੇ ਦੇ ਮਕੀਨ ਦੀ, ਗੱਲ ਮੈਂ ਸੁਣਾਵਾਂ ਤੈਨੂੰ ਰੋਜ਼ੇ ਦੇ ਮਕੀਨ ਦੀ, ਮਿਜ਼ਾਰ ਵਿੱਚ ਦਿਸਦਾ ਅੱਜ ਵੀ ਉਹ ਪਿਆਰੇ ਇਬਨੇ ਖਤਾਬ ਸੋਹਣਾ ਉਮਰ ਜਰਾਰੇ, ਇਬਨੇ ਖਤਾਬ ਸੋਹਣਾ ਉਮਰ ਜਰਾਰੇ। ਅੱਲਾਹੁ ਅਕਬਰ। ਜਿਹੜੀ ਗਲੀ ਵਿੱਚ ਮੇਰਾ ਉਮਰ ਸੀ ਆਮਦਾ, ਸ਼ੈਤਾਨ ਉਸ ਤੋਂ ਦੂਰ ਦੂਰ ਜਾਵਦਾ, ਸ਼ੈਤਾਨ ਉਸ ਤੋਂ ਦੂਰ ਦੂਰ ਜਾਵਦਾ, ਅੱਜ ਵੀ ਸ਼ੈਤਾਨ ਨੂੰ ਉਸ ਤੋਂ ਬੁਖਾਰੇ, ਅੱਜ ਵੀ ਸ਼ੈਤਾਨ
ਨੂੰ ਉਸ ਤੋਂ ਬੁਖਾਰੇ ਇਬਨ ਖਤਾਬ ਸੋਣਾ ਉਮਰ ਜਰਾਰੇ ਇਬਨ ਖਤਾਬ ਸੋਣਾ ਉਮਰ ਜਰਾਰੇ ਬੜੀ ਪਿਆਰੀ ਗੱਲ ਏ ਬੈਤੁਲ ਮੁਕੱਦਸ ਮੇਰੇ ਉਮਰ ਛੁਡਾਇਆ ਸੀ ਬੈਤੁਲ ਮੁਕੱਦਸ ਮੇਰੇ ਉਮਰ ਛੁਡਾਇਆ ਸੀ ਰੋਬ ਮੇਰੇ ਰੱਬ ਨੇ ਉਸ ਦਾ ਬਣਾਇਆ ਸੀ ਰੋਬ ਮੇਰੇ ਰੱਬ ਨੇ ਉਸ ਦਾ ਬਣਾਇਆ ਸੀ ਤੇ ਬੜੀ ਪਿਆਰੀ ਗੱਲ ਏ ਉਹ ਚੱਲਦਾ ਸੀ ਪੈਦਲ ਗੁਲਾਮ ਸਵਾਰੇ ਉਹ ਚੱਲਦਾ ਸੀ ਪੈਦਲ ਗੁਲਾਮ ਸਵਾਰੇ ਇਬਨ ਖਤਾਬ ਸੋਣਾ ਉਮਰ ਜਰਾਰੇ ਇਬਨ ਖਤਾਬ ਸੋਣਾ ਉਮਰ ਜਰਾਰੇ ਗੱਲ ਇਹ ਮੁੱਕਦੀ ਮੁਕਾਈ ਸੁਬਹਾਨੀ ਨੇ ਉਮਰ ਮੇਰੇ ਆਕਾ ਦੇ ਦਿਲ ਦੇ ਜਾਨੀ ਨੇ ਉਮਰ ਮੇਰੇ ਆਕਾ ਦੇ ਦਿਲ ਦੇ ਜਾਨੀ ਨੇ ਉਮਰ ਮੇਰੇ ਆਕਾ ਦੇ ਦਿਲ ਦੇ ਜਾਨੀ ਨੇ ਉਮਰ ਮੇਰੇ ਆਕਾ ਦਾ ਦੋਰਾ ਰਿਸ਼ਤੇਦਾਰੇ ਇਬਨ ਖਤਾਬ ਸੋਣਾ ਉਮਰ ਜਰਾਰੇ ਇਬਨ ਖਤਾਬ ਸੋਣਾ ਉਮਰ ਜਰਾਰੇ ਇਸੇ ਵਾਸਤੇ ਅੱਲਾ ਨੇ ਫਰਮਾਇਆ ਮੁਹੰਮਦੁਰ ਰਸੂਲੁੱਲਾ ਵੱਲਜ਼ੀਨਾ ਮਅਹੁ ਅਸ਼ਿੱਦਾਉ ਅਲਲ ਕੁਫਾਰ ਰੁਹਮਾਉ ਬੈਨਹੁਮ ਤਰਾਹੁਮ ਰੁਕਾਨ ਸੁਜਦੈ ਯਬਤਗੂਨਾ ਫਜ਼ਲੰ ਮਿਨੱਲਾਹਿ ਉਮਰ ਐਸੀ ਅਜ਼ਮਤ ਵਾਲਾ ਐਸੀ ਸ਼ਾਨ ਵਾਲਾ ਜਿਹੜੀਆਂ ਸ਼ਾਨਾਂ ਮੇਰੇ ਉਮਰ ਨੂੰ ਮਿਲੀਆਂ ਨੇ ਐਸੀ ਸ਼ਾਨ ਕਿਸੇ ਸਿਹਾਬੀ ਦੇ ਹੱਕ ਅੰਦਰ ਨਹੀਂ ਆਈ ਕਿਸੇ ਸਿਹਾਬੀ ਨੂੰ ਇਹ ਮਰਤਬਾ ਨਹੀਂ ਮਿਲਿਆ ਕਿਸੇ ਸਿਹਾਬੀ ਨੂੰ ਸ਼ਾਨ ਨਹੀਂ ਮਿਲਿਆ ਜੋ ਸੈਯਦਨਾ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਮਿਲਿਆ ਦੁਆ ਕਰੋ ਅੱਲਾਹ ਪਾਕ ਸੈਯਦਨਾ ਉਮਰ ਦੀ ਸੀਰਤ ਦੇ ਉੱਤੇ ਅਮਲ ਕਰਨ ਵਾਲਾ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਚੱਲ ਕੇ ਜ਼ਿੰਦਗੀ ਗੁਜ਼ਾਰਨ ਵਾਲਾ ਬਣਾਏ ਆਖਿਰ ਦਾ ਅਵਾਇਆ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।